ਅੱਜ ਆਪਾਂ ਜਲੰਧਰ ਦੇ ਵਿੱਚ ਹੈਗੇ ਆ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਆ ਤੁਸੀਂ ਦੇਖ ਸਕਦੇ ਹੋ ਸੁਸਾਇਟੀ ਦੇ ਸਾਰੇ ਅਹੁਦੇਦਾਰ ਅੱਜ ਇੱਥੇ ਪ੍ਰੈਸ ਕਾਨਫਰੰਸ ਹੋ ਕੇ ਹੈਟੀ ਹੈ ਔਰ ਇਹਨਾਂ ਨੇ ਤਹਈਆ ਕੀਤਾ ਸੀਗਾ ਕਿ ਅਸੀਂ ਇਸ ਪਿੰਡ ਨੂੰ ਗੋਦ ਲੈਨੇ ਆ ਜੇ ਤੁਸੀਂ ਬੜੀ ਮਿਹਨਤ ਕੀਤੀ ਆ ਔਰ ਮੇਰਾ ਦਿਲ ਬੜਾ ਬਾਗੋ-ਬਾਗ ਹੈ ਪਹਿਲਾਂ ਤੇ ਜਦੋਂ ਮੈਂ ਨਾ 2.5 ਸਾਲ ਪਹਿਲਾਂ ਤੁਹਾਡੇ ਨਾਲ ਆਇਆ ਸੀਗਾ 3 ਸਾਲ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਜਿਦਾ ਬਾਕੀ ਜਥੇ ਬੰਦੀਆਂ ਕਰਦੀਆਂ ਬਸ ਇੱਕ ਦਿਨ ਹੋ ਗਿਆ ਕੰਮ ਫੋਟੋਵਾਂ ਲੱਗ ਗਈਆਂ ਬਸ ਪਰ ਮੈਨੂੰ ਬੜੀ ਖੁਸ਼ੀ ਹੋਈ ਆ ਤੁਸੀਂ ਲਗਾਤਾਰ ਪਿੰਡ ਦੇ ਸੰਪਰਕ ਵਿੱਚੋਂ ਤੁਸੀਂ ਵਾਕਈ ਗੋਦ ਲਿਆ ਔਰ ਸੰਭਾਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਜਿਹੜੇ ਪਿੰਡ ਵਾਸੀ ਨੇ ਸਭ ਸਮਝ ਗਏ ਨੇ ਅਗਰ ਉਹਨਾਂ ਨੇ ਦੇਖਿਆ ਵੀ ਇਹ ਝੂਠੇ ਵਾਅਦੇ ਕਰਦੇ ਨੇ ਇਹ ਝੂਠੀਆਂ ਸਾਨੂੰ ਜਿਹੜੀਆਂ ਨੇ ਲਾਰੇ ਲਗਾਉਂਦੇ ਨੇ ਤੁਹਾਡਾ ਇਲਾਜ ਕਰਾਵਾਂਗੇ ਇਹ ਕਰਾਵਾਂਗੇ এডਿਕੇਸ਼ਨ ਕੁਛ ਨਹੀਂ ਆ ਕਰਦੇ ਸ਼ਰਮ ਦੀ ਸਾਡੀ ਐਡੀ ਜਿਹੜੀ ਏ ਐਟਾ ਵੱਡਾ ਐਟਾ ਜਿਹੜੀ ਏ ਇਤਿਹਾਸ ਹੋਵੇ ਤੇ ਫਿਰ ਸਾਡੇ ਧਰਮ ਦੇ ਵਿੱਚ ਅੱਜ ਕਈ ਹੈ ਜੀ ਸਾਡੇ ਧਰਮ ਵਿੱਚ ਖਤਰਾ ਹੈ ਜੀ ਸਾਈ ਕਰਨ ਦਾ ਮਨ ਤੇ ਸ਼ਰਮ ਆਉਂਦੀ ਹੈ ਉਹਦਾ ਕਸੂਰਵਾਰ ਕੌਣ ਹੈ ਜਿੰਨਾ ਚਿਰ ਤੱਕ ਬਾਦਲ ਪਰਿਵਾਰ ਦਾ ਪਰਛਾਵਾਂ ਸਰੋਮਣੀ ਅਕਾਲੀ ਦਲ ਤੇ ਰਹੇਗਾ ਉਹਨਾਂ ਚਿਰ ਉਹਨਾਂ ਚਿਰ ਤੱਕ ਨਾ ਸਰੋਮਣੀ ਕਮੇਟੀ ਡਿਵੈਲਪ ਹੋਸ ਕੇ ਲਈਏ ਨਾ ਅਕਾਲ ਤਖਤ ਦਾ ਜ਼임ੇਦਾਰ ਜਿਹੜਾ ਹੈ ਉਹ ਸੱਚ ਦੇ ਰਾਹ ਤੇ ਚੱਲ ਸਕਦਾ ਜਿੱਥੇ ਅਕਾਲੀ ਖੂਲਾ ਸਿੰਘ ਚੱਲੇ ਸੀ ਭਈ ਇੱਕ ਲੜਕੀ ਨੂੰ ਜਿਹੜੀ ਹੈ ਉਹ ਮਰ ਗਈ ਕੈਂਸਰ ਦੇ ਕਿਹਾ ਵੀ ਤੇਰਾ ਕੈਂਸਰ ਅਸੀਂ ਠੀਕ ਕਰ ਦਾਂਗੇ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ ਇਹ ਕਰਦ ਸੇ ਉਹ ਅਸੀਂ ਠੀਕ ਕਰ ਦਾਂਗੇ ਉਹਨਾਂ ਦੇ ਮਾਪੇ ਦੋਸ਼ ਲਾ ਰਹੇ ਨੇ ਕਿ ਇਹਨਾਂ ਨੇ ਸਾਡੇ ਕੋ ਪੈਸੇ ਲੈਨੇ 70-80 ਹਜ਼ਾਰ ਰੁਪਈਆ ਜੇ ਉੱਥੇ ਕੋਈ ਦਲਿਤ ਚਲਾ ਜਾਂਦਾ ਹੈ ਤੇ ਉਹਦੇ ਵਾਸਤੇ ਲੰਗਰ ਅਲੱਗ ਲਾਏ ਹੋਏ ਨੇ ਇਹ ਸਾਰੇ ਕਾਰਨ ਵੀ ਬਣੇ ਹੋਏ ਨੇ ਧਰਮ ਪਰਵਰਤਨ ਦੇ ਉਹਨਾਂ ਨੂੰ ਜਦੋਂ ਸਾਡੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਸਤਕਾਰ ਨਹੀਂ ਮਿਲਦਾ ਫਿਰ ਉਹ ਦੂਜੇ ਪਾਸੇ ਦੌੜਦੇ ਨੇ ਤੁਹਾਡੇ ਪਿੰਡ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਕਦੀ ਪ੍ਰਚਾਰ ਕਰਨ ਵਾਸਤੇ ਆਈ ਇਹ ਸਾਈ ਇੱਕ ਇੱਕ ਪਾਸਟਰ ਦੇ ਥੱਲੇ ਜਿਹੜੇ ਬੰਦੇ ਆਉਂਦੇ ਆ ਉਹ ਬਾਅਦ ਚ ਪਾਸਟਰ ਨਾਲ ਇਲੈਕਸ਼ਨਸ ਦੇ ਟਾਈਮ ਦਾ ਸੌਦਾ ਹੁੰਦਾ ਤੇ ਆਹ ਵੋਟਾਂ ਤੂੰ ਮੇਰੇ ਕੋਲ ਪੁਕਤਾਨੀ ਐ ਉਹ ਕਹਿੰਦੇ ਹਿੰਦੀ ਵੀ ਤੁਹਾਡੇ ਕਈਆਂ ਨੂੰ ਕਹਿੰਦੇ ਤੁਹਾਡਾ ਡਿਜ਼ਾਰਟ ਆਪਨਾ ਸ਼ੂਗਰ ਤੁਹਾਡਾ ਖਤਮ ਹੋ ਜੂ ਜਾਂ ਤੁਹਾਡੇ ਹੋਰ ਕੋਈ ਘਰ ਦੇ ਵਿੱਚ ਪੂਛ ਰੇਡ ਵੜੇ ਉਹ ਤੁਹਾਡੇ ਖਤਮ ਕਰ ਦੇਵਾਂਗੇ ਕਈ ਗੱਲਾਂ ਕਹਿ ਕੇ ਘਬਰਾ ਲੋਕਾਂ ਨੂੰ ਤੁਹਾਡੇ ਪਿੰਡ ਭੂਤ ਪ੍ਰੇਤ ਹੈਗੇ ਤੁਸੀਂ ਦੇਖੇ ਕਦੀ ਕੋਈ ਨਹੀਂ ਅਸੀਂ ਤਾਂ ਦੇਖੀ ਜੀ ਹਾਂ ਜੀ ਲਓ ਜੀ ਭੂਤ ਪ੍ਰੇਤ ਕਹਿੰਦੇ ਸਾਡੇ ਪਿੰਡ ਹੈ ਨਹੀਂ ਸੀ ਅਸੀਂ ਕੋਈ ਨਹੀਂ ਦੇਖੇ ਪਰ ਉਹ ਬਾਹਰੋਂ ਆ ਕੇ ਉਹਨਾਂ ਨੇ ਇਹਨਾਂ ਦੇ ਪਿੰਡ 'ਚ ਭੂਤ ਦੇਖ ਲੈ ਤੇ ਕਹਿੰਦੇ ਸੀ ਤੁਹਾਡੇ ਭੂਤ ਪ੍ਰੇਤ ਜਿਹੜੇ ਆ ਕੱਢ ਦਾਂਗੇ ਆਪਣਾ ਸਾਂਝਾ ਪੰਜਾਬ ਟੀਵੀ ਤੇ ਦੋਸਤੋ ਤੁਹਾਡਾ ਸਵਾਗਤ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਜਦੋਂ ਆਪਾਂ ਆਪਣੇ ਸਿੱਖ ਵਿਰਸੇ ਵੱਲ ਸਿੱਖ ਸੱਭਿਆਚਾਰ ਵੱਲ ਝਾਤ ਮਾਰਦੇ ਆ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਮੈਨੂੰ ਸਿਰ ਚਾਹੀਦਾ ਔਰ ਜਿਨ੍ਹਾਂ ਨੇ ਸਿਰ ਦੇਣੇ ਕਬੂਲ ਕੀਤੇ ਸੀਗੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਖੰਡੇ ਬਾਟੇ ਦੀ ਪਹਲ ਦੇ ਕੇ ਨਿਵਾਜਿਆ ਸੀਗਾ ਔਰ ਪਾਤਸ਼ਾਹ ਜੀ ਨੇ ਇੱਕ ਪ੍ਰਣ ਕੀਤਾ ਸੀਗਾ ਕਿ ਜਿੰਨਕੀ ਜਾਤ ਔਰ ਕੁੱਲ ਮਾਹੀ ਸਰਦਾਰੀ ਨਾ ਭਈਕਦਾਹੀਂ ਤਿੰਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਾਹੂੰ ਪਾਤਸ਼ਾਹ ਜੀ ਨੇ ਉਹ ਸਾਰਾ ਕੁਝ ਕਰਕੇ ਵਿਖਾਇਆ ਦੁਨੀਆ ਨੇ ਵੇਖਿਆ ਇਤਿਹਾਸ ਇਸ ਗੱਲ ਦੀ ਹਾਮੀ ਪੜਦਾ ਹੈ ਅੱਜ ਅਸੀਂ ਭਾਰਤ ਵਿੱਚ ਰਹਿੰਦੇ ਆਂ ਪੰਜਾਬ ਦੇ ਵਿੱਚ ਰਹਿੰਦੇ ਆਂ ਜਿੱਦਾਂ ਦੇ ਹਾਲਾਤ ਪਿਛਲੇ ਕਾਫੀ ਸਮੇਂ ਤੋਂ ਆਪਾਂ ਬਣਦੇ ਦੇਖਦੇ ਆ ਰਹੇ ਹੈਗੇ ਆ ਉਹ ਜਿਹੜੇ ਹਾਲਾਤ ਹੈਗੇ ਨੇ ਖਾਲਸਾ ਪੰਥ ਨੂੰ ਬਹੁਤ ਹੀ ਜ਼ਿਆਦਾ ਦੁੱਖ ਦੇਣ ਦੀ ਵਜ੍ਹਾ ਬਣਦੇ ਜਾ ਰਹੇ ਨੇ ਆ ਪਿਛਲੇ ਸਮੇਂ ਤੋਂ ਤੁਸੀਂ ਲਗਾਤਾਰ ਦੇਖ ਰਿਹਾ ਰਹੇ ਹੋ ਕਿ ਪੰਜਾਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਆਪਾਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜਿਹੜਾ ਪੰਜਾਬ ਗੁਰਾਂ ਦੇ ਨਾਂ ਦੇ ਉੱਪਰ ਵਸਦਾ ਅੱਜ ਉਸ ਪੰਜਾਬ ਨੂੰ ਘੁਣਵਾਂਗ ਕਦੀ ਕੋਈ ਤਾਕਤ ਤੇ ਕਦੀ ਕੋਈ ਤਾਕਤ ਪੰਥ ਵਿਰੋਧੀ ਉਹ ਖਾਂਦੀ ਜਾ ਰਹੀ ਹੈ ਇਦਾਂ ਦੇ ਹਾਲਾਤ ਆਪਾਂ ਵੇਖਦੇ ਆਂ ਔਰ ਰੋਜ਼ਾਨਾ ਸਾਡਾ ਉਹਨਾਂ ਦੇ ਨਾਲ ਸਾਹਮਣਾ ਹੁੰਦਾ ਔਰ ਉਸ ਤੋਂ ਵੀ ਸਿਰੇ ਦੀ ਜਿਹੜੀ ਗੱਲ ਹੈਗੀ ਆ ਖਾਲਸਾ ਇਹ ਸੋਚਦਾ ਹੈ ਕਿ ਪੰਜਾਬ ਦੀ ਉਹ ਪਾਵਨ ਧਰਤੀ ਜਿੱਥੇ ਕਦੀ ਸਾਡੇ ਪੁਰਖਿਆਂ ਰਾਜ ਕੀਤਾ ਜਿਹਨੂੰ ਆਪਾਂ ਖਾਲਸਾ ਰਾਜ ਕਹਿੰਨੇ ਆ ਪਈ ਅੱਜ ਉਸ ਧਰਤੀ ਦੇ ਉੱਪਰ ਸਾਡੇ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਅੱਜ ਉੱਥੇ ਕੋਈ ਵੀ ਆ ਕੇ ਸਿੱਖਾਂ ਨੂੰ ਵਰਗਲਾਉਂਦਾ ਹੈਗਾ ਉਹਨਾਂ ਨੂੰ ਕਹਿੰਦਾ ਹੈ ਕਿ ਜੇ ਤੁਹਾਡੇ ਘਰ ਵਿੱਚ ਕੋਈ ਦੁੱਖ ਤਕਲੀਫਾ ਅਸੀਂ ਦੂਰ ਕਰਾਂਗੇ ਅਸੀਂ ਇਦਾਂ ਇਦਾਂ ਕੋਈ ਚਮਤਕਾਰਜਾ ਕਰ ਦਾਂਗੇ ਤੁਹਾਡੇ ਦੁੱਖ ਦੂਰ ਹੋ ਜਾਣਗੇ ਪਰ ਇਦਾਂ ਹੁੰਦਾ ਨਹੀਂ ਹੈਗਾ ਜਿਹੜੇ ਲੋਕ ਇਸ ਕਿਸਮ ਦੇ ਦਾਅਵੇ ਕਰਦੇ ਆ ਇੱਕ ਹੋਰ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਉਹ ਫਾਇਰ ਇਦਾਂ ਫਾਇਰ ਕਰਦੇ ਹੈਗੇ ਆ ਔਰ ਬਹੁਤ ਸਾਰੇ ਪਰਿਵਾਰਾਂ ਨੂੰ ਮੈਂ ਇਦਾਂ ਦੇ ਨੂੰ ਜਾਣਦਾ ਹੈਗਾ ਤੁਸੀਂ ਵੀ ਜਾਣਦੇ ਹੋਵੋਗੇ ਤੁਸੀਂ ਜਦੋਂ ਉਹਨਾਂ ਪ੍ਰਚਾਰਕਾਂ ਦੇ ਘਰ ਵੀ ਜਾਣਦੇ ਹੋ ਨਾ ਇੱਕ ਇਧਰ ਸਾਡੇ ਲਾਗੇ ਸ਼ੱਕੇ ਵੀ ਹੈਗਾ ਪ੍ਰਚਾਰਕ ਜਲੰਧਰ ਦੇ ਘਰ ਦੇ ਵਿੱਚ ਬਿਮਾਰੀ ਸੀਗੀ ਪਿਤਾ ਜੀ ਠੀਕ ਨਹੀਂ ਹੋ ਰਹੇ ਸੀਗੇ ਸਾਡੇ ਕਿਸੇ ਜਥੇਬੰਦੀ ਦੇ ਸਿੰਘ ਦੇ ਕੋਲ ਗਿਆ ਕਹਿੰਦਾ ਮੇਰੇ ਪਿਤਾ ਜੀ ਠੀਕ ਨਹੀਂ ਹੈਗੇ ਸਾਡੇ ਕੋਲ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਹੈਗੇ ਕਿਰਪਾ ਕਰਕੇ ਸਾਡੀ ਮਦਦ ਕਰੋ ਔਰ ਉਹ ਜਥੇਬੰਦੀ ਦੇ ਸਿੰਘਾਂ ਨੇ ਉਹਨਾਂ ਦੀ ਮਦਦ ਕੀਤੀ ਸੋ ਅੱਜ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਉਹ ਲੋਕ ਸ਼ਾਮ ਰਹੇ ਨੇ ਉਹਨਾਂ ਦੇ ਜਿਹੜੇ ਜ਼ਿੰਮੇਵਾਰ ਸੱਜਣ ਹੈਗੇ ਨੇ ਮੈਂ ਈਸਾਈ ਭਾਈਚਾਰੇ ਦੀ ਗੱਲ ਕਰਦਾ ਨਕਲੀ ਪਾਸਟਰ ਉਹ ਖੁਦ ਕਹਿ ਰਹੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਕਰਦੇ ਆ ਭਰਮ ਜਾਲ ਪੈਦਾ ਕਰਦੇ ਆ ਪਖੰਡ ਪੈਦਾ ਕਰਦੇ ਆ ਚਮਤਕਾਰਾਂ ਦੀਆਂ ਗੱਲਾਂ ਕਰਦੇ ਆ ਲੋਕਾਂ ਨੂੰ ਵਰਗੜਾ ਰਹੇ ਆ ਲੋਕਾਂ ਨੂੰ ਇਹ ਗੱਲ ਕਹਿੰਦੇ ਆ ਕਿ ਅਸੀਂ ਤੁਹਾਡੀ ਆਰਥਿਕ ਮਦਦ ਕਰਾਂਗੇ ਵੀ ਸਾਡਾ ਉਹਨਾਂ ਦੇ ਨਾਲ ਕੋਈ ਵਾਸਤਾ ਨਹੀਂ ਹੈਗਾ ਅੱਜ ਆਪਾਂ ਜਲੰਧਰ ਦੇ ਵਿੱਚ ਹੈਗੇ ਆ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਆ ਤੁਸੀਂ ਦੇਖ ਸਕਦੇ ਹੋ ਸੁਸਾਇਟੀ ਦੇ ਸਾਰੇ ਅਹੁਦੇਦਾਰ ਅੱਜ ਇੱਥੇ ਪ੍ਰੈਸ ਕਾਨਫਰੰਸ ਹੋ ਕੇ ਹਟਿਆ ਹੈ ਆ ਸਾਰੇ ਸੱਜਣ ਇੱਥੇ ਹੈਗੇ ਨੇ ਸਿੱਖ ਸੇਵਕ ਸੁਸਾਇਟੀ ਦੇ ਹੁਣ ਗੱਲ ਇਹ ਆ ਕਿ ਬਹੁਤ ਸਾਰੇ ਅਸੀਂ ਕਈ ਵਾਰ ਕਹਿੰਨੇ ਹੈਗੇ ਆ ਕਿ ਸਾਨੂੰ ਪ੍ਰਚਾਰ ਦੀ ਲੋੜ ਹੈ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਉਹ ਆਪਣਾ ਕੰਮ ਨਹੀਂ ਕਰਦੀ ਜਿਸ ਕੰਮ ਦੇ ਵਾਸਤੇ ਉਹਨਾਂ ਨੂੰ ਚੁਣਿਆ ਗਿਆ ਸੀਗਾ ਇਧਰ ਲੈ ਬੰਨੇ ਤੁਸੀਂ ਦੇਖ ਲਓ ਜੀ ਇਹ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਵੀਰਾਂ ਨੇ ਆ ਜਿਹੜੀਆਂ ਬੀਬੀਆਂ ਬੈਠੀਆਂ ਨੇ ਤੇ ਆ ਜਿਹੜੇ ਹੋਰ ਵੀਰ ਬੈਠੇ ਹੈਗੇ ਆ ਇਹ ਪਿੰਡ ਮੰਡਾਲਾ ਛੰਨਾ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਵੀਰਾਂ ਨੇ ਸਾਰਿਆਂ ਨੇ ਜਥੇਬੰਦੀ ਵਾਲਿਆਂ ਨੇ ਉਸ ਪਿੰਡ ਨੂੰ ਇੱਕ ਤਰ੍ਹਾਂ ਗੋਦ ਲੈ ਲਿਆ ਜਿਦਾ ਕੋਈ ਬਾਪੂ ਕਿਸੇ ਨੂੰ ਗੋਦ ਲੈ ਲਵੇ ਨਾ ਫਿਰ ਉਹਦੀ ਪਰਵਰਿਸ਼ ਕਰਦਾ ਉਹਨੂੰ ਲੱਗਦਾ ਕਿ ਇਹ ਸਾਡੀ ਜ਼ਿੰਮੇਵਾਰੀ ਆ ਸਾਡਾ ਫਰਜ਼ ਬਣਦਾ ਕਾਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਨੂੰ ਖਾਲਸਾ ਪੰਥ ਨੂੰ ਪਰਿਵਾਰਾਂ ਨੂੰ ਗੋਦ ਲਿਆ ਹੁੰਦਾ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਸੋ ਇਹ ਜਥੇਬੰਦੀ ਮੈਂ ਇੱਕ ਐਜ਼ੇ ਪੱਤਰਕਾਰ ਮੈਂ ਵੀਰਾਂ ਦੇ ਨਾਲ ਗਿਆ ਸੀਗਾ ਜਦੋਂ ਆ 2.5-3 ਸਾਲ ਪਹਿਲਾਂ ਉੱਥੇ ਹੜ੍ਹ ਆਏ ਸੀਗੇ ਉਧਰ ਦੇ ਇਲਾਕੇ ਵਿੱਚ ਲੋਈਆਂ ਵਾਲੇ ਪਾਸੇ ਜਦੋਂ ਸਤਲੁਜ ਦਰਿਆ ਦਾ ਦਾ ਬੰਨ ਟੁੱਟ ਗਿਆ ਸੀਗਾ ਜਾਂ ਤੋੜਿਆ ਗਿਆ ਜੋ ਵੀ ਹੈਗਾ ਇੱਕ ਅਲੱਗ ਵਿਸ਼ਾਇਆ ਹੋ ਸੋ ਉਸ ਤੋਂ ਬਾਅਦ ਹਾਲਾਤ ਇਦਾਂ ਦੇ ਬਣ ਗਏ ਸੀਗੇ ਜ਼ਹਿਰੀਲਾ ਪਾਣੀ ਲੋਕਾਂ ਦੇ ਘਰਾਂ ਵਿੱਚ ਕਈ ਕਈ ਮਹੀਨਿਆਂ ਤੱਕ ਭਰਿਆ ਰਿਹਾ ਸੀਗਾ ਪਾਣੀ ਵਿੱਚ ਮੱਝਾਂ ਮਰ ਗਈਆਂ ਗੁਰੂ ਘਰ ਸਾਰੇ ਦਾ ਸਾਰਾ ਪਾਣੀ ਵਿੱਚ ਡੁੱਬ ਗਿਆ ਸੀਗਾ ਉਹ ਸਾਰਾ ਕੁਝ ਮੰੰਜਰ ਜਿਹੜਾ ਸੀਗਾ ਇਹਨਾਂ ਸਾਰੇ ਵੀਰਾਂ ਨੇ ਉਹਨਾਂ ਦਾ ਦਰਦ ਸਮਝਦਿਆਂ ਹੋਇਆ ਉੱਥੇ ਜਾ ਕੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੀ ਸਾਮ ਸੰਭਾਲ ਕੀਤੀ ਗੁਰਦੁਆਰਾ ਸਾਹਿਬ ਦੀ ਮਰਮਤ ਕਰਵਾਈ ਔਰ ਇਹਨਾਂ ਨੇ ਤਹੱਜਾ ਕੀਤਾ ਸੀਗਾ ਕਿ ਅਸੀਂ ਇਸ ਪਿੰਡ ਨੂੰ ਗੋਦ ਲੈਨੇ ਆਂ ਉਸ ਪਿੰਡ ਦੇ ਵੀ ਕੁਝ ਲੋਕ ਜਿਦਾ ਹੋਰ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਮਾਤੜ ਜਿਹੜੇ ਹੈਗੇ ਨੇ ਪਰਿਵਾਰ ਜਿਦਾ ਉਹਨਾਂ ਨੂੰ ਜਾ ਕੇ ਵਰਗਣਾ ਲੈਂਦੇ ਆ ਇਦਾਂ ਹੀ ਇਸ ਪਿੰਡ ਦੇ ਵੀ ਕਈ ਪਰਿਵਾਰ ਉਹਨਾਂ ਦੇ ਝਾਂਸੇ ਵਿੱਚ ਆ ਗਏ ਸੀ ਹੁਣ ਇਧਰਲੇ ਬੰਨੇ ਸਿੱਖ ਧਰਮ ਦੇ ਵਿੱਚ ਤਾਂ ਇਹ ਹੈ ਕਿ ਪਹਿਲਾਂ ਮਰਨ ਕਬੂਲ ਉੱਥੇ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਉਹ ਕਹਿੰਦੇ ਤੁਹਾਨੂੰ ਮਰਨ ਕਬੂਲਣ ਦੀ ਲੋੜ ਨਹੀਂ ਹੈਗੀ ਤੁਹਾਡੇ ਦੁੱਖ ਦੂਰ ਕਰਾਂਗੇ ਤੁਸੀਂ ਇੱਥੇ ਆ ਜਾਓ ਸਾਡੇ ਵੱਲ ਵੈਲਕਮ ਆ ਔਰ ਵੀਰਾਂ ਦੀ ਮਿਹਨਤ ਦੇ ਸਦਕਾ ਉਹ ਜਿਹੜੇ ਪਰਿਵਾਰ ਹੈਗੇ ਨੇ ਇਹਨਾਂ ਨੇ ਉਹਨਾਂ ਦੀ ਬਾਹ ਫੜੀ ਆ ਉੱਥੇ ਗੁਰਮਤਿ ਦਾ ਪ੍ਰਚਾਰ ਵੀ ਹੁੰਦਾ ਹੈਗਾ ਕੈਂਪ ਵੀ ਲੱਗਦੇ ਆ ਉੱਥੇ ਜਾ ਕੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਹੈਗੇ ਕਿ ਐਦਾਂ ਚਮਤਕਾਰ ਕਰਾਂਗੇ ਤੁਸੀਂ ਠੀਕ ਹੋ ਜਾਓਗੇ ਬਕਾਇਦਾ ਡਾਕਟਰਾਂ ਦੀ ਟੀਮ ਨਾਲ ਲੈ ਕੇ ਜਾਂਦੇ ਆ ਮੈਂ ਖੁਦ ਐਜ਼ ਏ ਪੱਤਰਕਾਰ ਉੱਥੇ ਨਾਲ ਜਾਂਦਾ ਰਿਹਾ ਮੈਂ ਵੇਖ ਕੇ ਆਉਂਦਾ ਰਿਹਾ ਉਨਾ ਸਮੇਂ ਵਿੱਚ ਵੀ ਤੇ ਹੁਣ ਵੀ ਲਗਾਤਾਰ ਸੇਵਾ ਕਰਦੇ ਆ ਰਹੇ ਨੇ ਆ ਜਿਹੜੇ ਪਰਿਵਾਰ ਮੈਂ ਤੁਹਾਨੂੰ ਵਿਖਾ ਕੇ ਹਟਿਆ ਇਹਨਾਂ ਵਿੱਚੋਂ ਕੁਝ ਪਰਿਵਾਰ ਇਦਾਂ ਦੇ ਹੈਗੇ ਨੇ ਜਿਹੜੇ ਉਹਨਾਂ ਵੱਲੋਂ ਵਰਗਲائے ਹੋਏ ਉਧਰ ਚਲ ਗਏ ਸੀ ਪਰ ਇਹਨਾਂ ਵੀਰਾਂ ਦੇ ਯਤਨ ਸਦਕਾ ਉਹਨਾਂ ਦੀ ਘਰ ਵਾਪਸੀ ਹੋਈ ਹੈ ਮੇਰੇ ਨਾਲ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਸਰਦਾਰ ਪਰਮਿੰਦਰਪਾਲ ਸਿੰਘ ਜੀ ਖਾਲਸਾ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਬੜੀ ਮਿਹਨਤ ਕੀਤੀ ਆ ਔਰ ਮੇਰਾ ਦਿਲ ਬੜਾ ਬਾਗੋ-ਬਾਗ ਹੈ ਪਹਿਲਾਂ ਤੇ ਜਦੋਂ ਮੈਂ ਨਾ 2.5 ਸਾਲ ਪਹਿਲਾਂ ਤੁਹਾਡੇ ਨਾਲ ਉੱਥੇ ਗਿਆ ਸੀਗਾ 3 ਸਾਲ ਪਹਿਲਾਂ ਮੈਨੂੰ ਇਹ ਲੱਗਦਾ ਸੀਗਾ ਕਿ ਜਿੱਦਾ ਬਾਕੀ ਜੱਥੇ ਬੰਦੀਆਂ ਕਰਦੀਆਂ ਬਸ ਇੱਕ ਦਿਨ ਹੋ ਗਿਆ ਕੰਮ ਫੋਟੋ ਲੱਗ ਗਈਆਂ ਬਸ ਪਰ ਮੈਨੂੰ ਬੜੀ ਖੁਸ਼ੀ ਹੋਈ ਆ ਤੁਸੀਂ ਲਗਾਤਾਰ ਪਿੰਡ ਦੇ ਸੰਪਰਕ ਵਿੱਚੋਂ ਤੁਸੀਂ ਵਾਕਈ ਗੋਦ ਲਿਆ ਔਰ ਸੰਭਾਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਬਾਏ ਜਿਨਾ ਕੀ ਪਕੜੀਏ ਸਿਰ ਦੀਜੇ ਬਾਏ ਨਾ ਛੋੜੀਏ ਤੇ ਇਹ ਹੁਣ ਸਾਡੇ ਪਰਿਵਾਰ ਹੀ ਲੱਗਦਾ ਸਾਨੂੰ ਕੋਈ ਬਾਹਰ ਲੈਣੇ ਲੱਗਦੇ ਪਿੰਡ ਵਾਲੇ ਤੇ ਜਿਹੜੀ ਗੱਲ ਹੈ ਸਾਡੇ ਧਰਮ ਦੇ ਵੀ ਜਿਹੜਾ ਸਿਖਾਇਆ ਗਿਆ ਨਾ ਇੱਕ ਤੇ ਹੈਗਾ ਸਰਬਤ ਦਾ ਭਲਾ ਦੀ ਗੱਲ ਹੈ ਸਿੱਖ ਦੀ ਰੋਜ਼ ਦੀ ਅਰਦਾਸ ਵਿੱਚ ਅਖੀਰ ਵਿੱਚ ਕਿਹਾ ਜਾਂਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਚਪਾਈ ਸਾਹਿਬ ਦੇ ਵਿੱਚ ਜਦੋਂ ਪਾਠ ਪੜ੍ਹਨੇ ਆ ਨਾ ਸਵੇਰੇ ਨਿਤਨੇਮ ਦੀਆਂ ਬਾਣੀਆਂ ਤੇ ਉਹਦੇ ਵਿੱਚ ਵੀ ਜਿਹੜਾ ਕਿਹਾ ਜਾਂਦਾ ਨਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉਂ ਸੋ ਤੁਮਤੇ ਪਾਉ ਸਿੱਖੀ ਸੋਚ ਹੋਣੀ ਚਾਹੀਦੀ ਹੈ ਵੀ ਮੈਨੂੰ ਜੋ ਕੁਝ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਮਿਲਣਾ ਹੈ ਕਿਸੇ ਚਮਤਕਾਰ ਤੋਂ ਕਿਸੇ ਹੋਰ ਤੋਂ ਨਹੀਂ ਮਿਲਣਾ ਜਿੰਨਰ ਨਾਮ ਤਿਹਾਰੋ ਕਾ ਦਰ ਦੁਸ਼ਟ 도ਕ ਤੇ ਰਹਾ ਸਾਡੇ ਦੋਖ ਸਾਡੇ ਦੁਖ ਜਿਹੜੇ ਨੇ ਕਿਸੇ ਚਮਤਕਾਰ ਨੇ ਜਾਂ ਕਿਸੇ ਹੋਰ ਨੇ ਦੂਰ ਨਹੀਂ ਕਰਨੇ ਸਾਡੇ ਵਿਸ਼ਵਾਸ ਰੱਖਣਾ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਆਪਣੇ ਗੁਰੂ ਤੇ ਸਭ ਚੀਜ਼ਾਂ ਉੱਥੇ ਮਿਲਣਗੀਆਂ ਜੀ ਜੀ ਸ਼ੁਭਾਵਨਾਵਾਂ ਤੁਹਾਡੀਆਂ ਕਦੀ ਅਧੂਰੀਆਂ ਨਹੀਂ ਰਹਿਣਗੀਆਂ ਪੂਰੀਆਂ ਹੋਣਗੀਆਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੋ ਸੱਚੇ ਮਨ ਦੇ ਨਾਲ ਆਪ ਅਰਦਾਸ ਕਰੋ ਨਹੀਂ ਤਾਂ ਭਾਈ ਸਾਹਿਬ ਕੋਲ ਅਰਦਾਸ ਕਰਾਓ ਵੀ ਗੁਰੂ ਮਹਾਰਾਜ ਬੇਨਤੀ ਹੈ ਸਾਡੀ ਅਰਦਾਸ ਕਬੂਲ ਕਰਨਾ ਸਾਡੀ ਜਿਹੜੀ ਹੈ ਉਹ ਗੁਰੂ ਮਹਾਰਾਜ ਜਿਹੜਾ ਬੇਨਤ ਹੈ ਅਕਾਲ ਪੁਰਖ ਕਦੀ ਵੀ ਕਿਸੇ ਨੂੰ ਖਾਲੀ ਨਹੀਂ ਭੇਜਦਾ ਬਾਪ ਆਪਣਾ ਜਿਹੜਾ ਨਾ ਕੁਝ ਹੋਵੇ ਤੇ ਬੱਚੇ ਨੂੰ ਕਦੀ ਨਾ ਨਹੀਂ ਕਰਦਾ ਜਿਦੋਂ ਮਰਜੀ ਜਿਵੇਂ ਮਰਜੀ ਹੋਵੇ ਮਾਂ ਕਦੀ ਮਨਾ ਨਹੀਂ ਕਰਦੀ ਉਵੇਂ ਸਾਡਾ ਜਿਹੜਾ ਨਾ ਮਾਂ ਬਾਪ ਪਿਤਾ ਮਾਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ 10 ਗੁਰੂ ਨੇ 10 ਗੁਰੂਆਂ ਦੀ ਆਤਮਿਕ ਜੋਤ ਹੈ ਉਹਨਾਂ ਤੇ ਅਟਲ ਵਿਸ਼ਵਾਸ ਰੱਖੋ ਸਭ ਕੁਝ ਤੁਹਾਨੂੰ ਮਿਲੇਗਾ ਅਸੀਂ ਝੂਠੀਆਂ ਚਮਤਕਾਰਾਂ ਤੇ ਜੋ ਕੁਝ ਅੱਜਕੱਲ ਪ੍ਰਚਾਰ ਹੋ ਰਿਹਾ ਹੈ ਇਹ ਜਿਹੜਾ ਨਕਲੀ ਸਾਈ ਜਿਹੜੇ ਕਰ ਰਹੇ ਨੇ ਆਪ ਜੀ ਨੇ ਦੱਸਿਆ ਇਹ ਸਭ ਝੂਠ ਦਾ ਪ੍ਰਚਾਰ ਹੈ ਕੂੜ ਦਾ ਪ੍ਰਚਾਰ ਹੈ ਇਹ ਕੱਖ ਨਿਆਂ ਦੇ ਨਾਲ ਮਿਲਣਾ ਔਰ ਇੱਥੇ ਦੇ ਜਿਹੜੇ ਪਿੰਡ ਵਾਸੀ ਨੇ ਸਭ ਸਮਝ ਗਏ ਨੇ ਜੀ ਅਗਰ ਉਹਨਾਂ ਨੇ ਦੇਖਿਆ ਵੀ ਇਹ ਝੂਠੇ ਵਾਅਦੇ ਕਰਦੇ ਨੇ ਇਹ ਝੂਠੀਆਂ ਸਾਨੂੰ ਜਿਹੜੀਆਂ ਨੇ ਲਾਰੇ ਲਗਾਉਂਦੇ ਨੇ ਤੁਹਾਡਾ ਇਲਾਜ ਕਰਾਵਾਂਗੇ ਇਹ ਕਰਾਵਾਂਗੇ ਐਜੂਕੇਸ਼ਨ ਕੁਝ ਨਹੀਂ ਕਰਦੇ ਸਾਡੀ ਜਿਹੜੀ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਏ ਆਪ ਜਾਣਦੇ ਹੀ ਉਹ 2.3 ਸਾਲ ਤੋਂ ਪੂਰਾ ਉੱਥੇ ਕੰਮ ਜਿਹੜੀ ਕਰ ਰਹੀ ਏ ਗਰੀਬ ਬੱਚੀਆਂ ਜਿਨ੍ਹਾਂ ਦੇ ਅਸੀਂ ਉਹਨਾਂ ਦੇ ਪੇਕੇ ਬਣ ਕੇ ਉਹਨਾਂ ਦੇ ਜਿਹੜਾ ਭਰਾ ਬਣ ਕੇ ਉਹਨਾਂ ਦੇ ਜਿਹੜੇ ਨੰਦ ਕਾਰਜ ਕਰਾਏ ਉਸ ਤੋਂ ਬਾਅਦ ਕਿਸੇ ਦੇ ਮਕਾਨ ਕੋਈ ਟੁੱਟ ਗਿਆ ਹੁੰਦਾ ਜਿਹੜਾ ਪੱਕੇ ਕਰਾ ਉਹਨੂੰ ਠੀਕ ਕਰਾ ਫਿਰ ਉੱਥੇ ਮੈਡੀਕਲ ਜਿਹੜੇ ਅਸੀਂ ਕੈਂਪ ਸੁਸਾਇਟੀ ਨੇ ਲਗਾਏ ਨੇ ਮੰਜੇ ਬਿਸਤਰੇ ਉਹਨਾਂ ਦੇ ਜਿਹੜਾ ਨਾਲ ਤੁਲਾਈਆਂ ਰਜਾਈਆਂ ਸਭ ਕੁਝ ਕਰਨਾ ਉਸ ਤੋਂ ਬਾਅਦ ਮੈਡੀਕਲ ਕੈਂਪ ਜਿਹੜੇ ਉੱਥੇ ਲਗਾਏ ਨੇ ਕਈ ਤਰ੍ਹਾਂ ਦੇ ਆਈਸ ਦੇ ਕੈਂਪ ਉਹਨਾਂ ਦੇ ਆਪਰੇਸ਼ਨ ਵੀ ਕਰਾ ਜਿਨ੍ਹਾਂ ਦਾ ਇਲਾਜ ਉੱਥੇ ਨਹੀਂ ਹੋ ਸਕਿਆ ਇੱਥੇ ਸਿਵਲ ਹਸਪਤਾਲ ਆ ਕੇ ਆਪਣੇ ਨੂਵੀ ਪਾਸ਼ਾ ਗੁਰਦੁਆਰੇ ਸਾਹਿਬ ਦੀ ਜਿਹੜੀ ਉੱਥੇ ਜਿਹੜਾ ਹਸਪਤਲ ਏ ਉੱਥੇ ਆ ਕੇ ਇਲਾਜ ਕਰਾਏ ਨੇ ਤੇ ਉਹ ਜਿਹੜਾ ਸਾਡਾ ਫਰਜ਼ ਹੈ ਇੱਕ ਇਨਸਾਨੀਅਤ ਦੇ ਨਾਤੇ ਵੀ ਮਨੁੱਖਤਾ ਦੇ ਨਾਤੇ ਕਿਉਂਕਿ ਜਿਹੜਾ ਸਿੱਖ ਧਰਮ ਹੈ ਸਾਰਿਆਂ ਦਾ ਜਿਹੜਾ ਭਲਾ ਚਾਹੁੰਦਾ ਹੈ ਅਸੀਂ ਸਰਬੱਤ ਦਾ ਭਲਾ ਕਹਿੰਨੇ ਆ ਅਸੀਂ ਐਨਿਵੇਂ ਹੀ ਆਪਣਾ ਭਲਾ ਮੰਗਨੇ ਆ ਸਾਡਾ ਆਪਣਾ ਹੋ ਜਾਣਾ ਅਗਰ ਦੂਰ ਦਾ ਸੋਚਿਆ ਜਾ ਤੂੰ ਸਰਬੱਤ ਦਾ ਭਲਾ ਤੇ ਸਾਰਿਆਂ ਦਾ ਜਿਹੜਾ ਅਸੀਂ ਕਦੀ ਕਿਸੇ ਨੂੰ ਐ ਨਹੀਂ ਕਹਿੰਦੇ ਵੀ ਤੂੰ ਜਿਹੜਾ ਕੋਈ ਗਰਜ ਲੈ ਕੇ ਨਹੀਂ ਕਦੀ ਕੰਮ ਕਰਾਂਦੇ ਭਾਈ ਇਹ ਕਰੇਗਾ ਤੇ ਇਹ ਹੋਏਗਾ ਤੂੰ ਸਾਡਾ ਇਹ ਪੂਰਾ ਕਰ ਅਸੀਂ ਤੈਨੂੰ ਐ ਕੀਤਾ ਨਹੀਂ ਇਹ ਜਿਹੜੇ ਨੇ ਜਿਹੜੇ ਝੂਠਾ ਜਿਹੜਾ ਪ੍ਰਚਾਰ ਕਰ ਰਹੇ ਨੇ ਪੈਂਫਲਟ ਵੰਡ ਰਹੇ ਨੇ ਡੋਰ ਟੂ ਡੋਰ ਜਿਵੇਂ ਦੁਕਾਨਦਾਰੀ ਨਹੀਂ ਹੁੰਦੀ ਕੋਈ ਸੇਲਮੈਨਸ਼ਿਪ ਹੁੰਦੀ ਏ ਭਾਈ ਮੇਰਾ ਪ੍ਰੋਡਕਟ ਬੜਾ ਵਧੀਆ ਹੈ ਤੇ ਜਾ ਜਾ ਕੇ ਕਰਨਾ ਉਹ ਚੀਜ਼ਾਂ ਜਿਹੜੀਆਂ ਨੇ ਝੂਠੇ ਲਾਰੇ ਨੇ ਸਭ ਕੁਝ ਝੂਠਾ ਹੈ ਬਾਕੀ ਜਿਹੜਾ ਧਰਮ ਕੋਈ ਮਾੜਾ ਨਹੀਂ ਸਾਰੇ ਧਰਮ ਜਿਹੜੇ ਨੇ ਬੜੇ ਵਧੀਆ ਧਰਮ ਨੇ ਸਭ ਨੂੰ ਆਪਣਾ ਆਪਣਾ ਧਰਮ ਮੁਬਾਰਕ ਹੈ ਮੈਨੂੰ ਅੱਜ ਗੱਲ ਯਾਦ ਆਂਦੀ ਹੈ ਦਸਮ ਪਾਤਸ਼ਾਹ ਜੀ ਕੋਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਸਵਾਲ ਕੀਤਾ ਸੀ ਬਹਾਦਰ ਸ਼ਾਹ ਨੇ ਉਹਨੇ ਕਿਹਾ ਸੀ ਕਿਹੜਾ ਧਰਮ ਸਭ ਤੋਂ ਵਧੀਆ ਹੈ ਕਿਹੜਾ ਧਰਮ ਸਭ ਤੋਂ ਉੱਤਮ ਹੈ ਤੇ ਦਸਨ ਪਾਤਸ਼ਾਹ ਨੇ ਕੀ ਜਵਾਬ ਦਿੱਤਾ ਉਹਨਾਂ ਨੇ ਕਿਹਾ ਤੁਹਾਰੇ ਕੋ ਤੁਹਾਡਾ ਖੂਬ ਹਮਾਰੇ ਕੋ ਹਮਾਰਾ ਖੂਬ ਤੁਹਾਨੂੰ ਤੁਹਾਡਾ ਖੂਬ ਹੈ ਸਾਨੂੰ ਸਾਡਾ ਕੋਈ ਮਾੜਾ ਨਹੀਂ ਉਹਨਾਂ ਨੇ ਕਿਹਦੀ ਨਿੰਦਿਆ ਨਹੀਂ ਕੀਤੀ ਲekin ਜਿਹੜਾ ਜੋ ਅੱਜਕੱਲ ਪ੍ਰਚਾਰ ਝੂਠੇ ਇੱਕ ਡਰਾਮੇ ਚਮਤਕਾਰ ਉਹ ਸਾਡੇ ਧਰਮ ਦੇ ਵਿੱਚ ਜਿਹੜੀ ਹੈ ਕੋਈ ਗੱਲ ਨਹੀਂ ਉਹ ਜਿਹੜਾ ਅਸੀਂ ਜਿਹੜੀ ਸੇਵਾ ਤੋਂ ਸਾਡਾ ਧਰਮ ਸ਼ੁਰੂ ਹੋਇਆ ਦੋ ਗੱਲਾਂ ਦਾ ਕਨਸੈਪਟ ਹੈ ਇਸ ਇੱਕ ਧਰਮ ਵਿੱਚ ਇੱਕ ਸੇਵਾ ਤੇ ਇੱਕ ਸਿਮਰਨ ਜਿਨੇ ਸੇਵਾ ਤੇ ਸਿਮਰਨ ਨੂੰ ਸੰਭਾਲ ਲਿਆ ਉਹ ਪਾਰ ਉਤਰ ਗਿਆ ਤੇ ਜਿਹੜਾ ਸਾਡੇ ਤੇ ਲੰਗਰ ਦੀ ਸੇਵਾ ਮੈਡੀਕਲ ਦੀ ਸੇਵਾ ਹੋਰ ਜਿਹੜੀ ਹੈ ਜਿੰਨੀਆਂ ਸੇਵਾਵਾਂ ਨੇ ਉਹ ਸਾਡੇ ਧਰਮ ਦੇ ਵਿੱਚ ਨੇ ਉਹ ਜਿਹੜਾ ਪਿੱਛੇ ਜਿਹੜਾ ਦੇਖਿਆ ਹੈ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਈ ਵਾਰ ਮਾਨੂੰ ਬੜੀ ਠੇਸ ਪਹੁੰਚਦੀ ਏ ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਉਹਨੇ ਆਪਣਾ ਰੋਲ ਵਧੀਆ ਆਦਾ ਨਹੀਂ ਕੀਤਾ ਅਗਰ ਉਹਨੇ ਰੋਲ ਵਧੀਆ ਆਦਾ ਕੀਤਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਜਿਹੜਾ ਚੱਪੇ-ਚੱਪੇ ਤੇ ਪਿੰਡਾਂ-ਪਿੰਡਾਂ ਦੇ ਵਿੱਚ ਹੈ ਜਿਹੜੇ ਜਿਹੜੇ ਨਕਲੀ ਇਸਾਈਕਰਨ ਹੋ ਰਿਹਾ ਉਹ ਕਦੀ ਨਹੀਂ ਫੈਲਣਾ ਸੀ 700 ਦੇ ਕਰੀਬ ਜਿਹੜੀਆਂ ਇਹਨਾਂ ਦੀਆਂ ਬਣੀਆਂ ਨੇ ਚਰਚ 70 ਇਹਦੇ 5 ਸਾਲਾਂ ਦੀ ਚਰਚ ਬਣੀਆਂ ਨੇ ਇਹ ਕਹਾਦਾ ਹੈ ਇਹ ਕਮੀ ਸਾਡੀ ਏ ਕਿਉਂਕਿ ਉਹ ਕਦੀ ਜਾਂਦੇ ਹੀ ਨਹੀਂ ਮੈਂ ਤੁਹਾਨੂੰ ਦੱਸ ਸਕਨਾ ਜਿਹੜੇ ਪਿੰਡਾਂ 'ਚ ਸਾਡੀ ਸੇਵਾ ਚੱਲ ਰਹੀ ਏ ਮੰਡਾਲਾ ਛੰਨਾ ਸੁਲਤਾਨਪੁਰ ਲੋਧੀ ਜਿਹਨੂੰ ਕਿਹਾ ਜਾਂਦਾ ਵੀ ਸਿੱਖਾਂ ਦਾ ਜਿਹੜਾ ਇੱਕ ਕਿਸਮ ਦਾ ਮੱਕਾ ਹੈ ਗੁਰੂ ਨਾਨਕ ਸਾਹਿਬ ਨੇ ਜਿਹੜੀ ਸ਼ੁਰੂਆਤ ਸਿੱਖ ਧਰਮ ਦੀ ਜਦੋਂ ਉੱਥੇ ਵਹੀ ਨਦੀ ਦੇ ਵਿੱਚ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ ਸੁਲਤਾਨਪੁਰ ਲੋਧੀ ਕੀਤਾ ਤੇ ਉੱਥੇ ਆਸ-ਪਾਸ ਹੀ ਸਾਡੇ ਧਰਮ ਦਾ ਕੋਈ ਪ੍ਰਚਾਰ ਪ੍ਰਸਾਰ ਨਹੀਂ ਪਿੰਡਾਂ ਵਾਲਿਆਂ ਕੋਲ ਪੁੱਛਿਆ ਕਹਿੰਦੇ ਨੇ ਕਦੀ ਕੋਈ ਸ਼ੋਮਨੀ ਕਮੇਟੀ ਦਾ ਮੈਂਬਰ ਉੱਥੇ ਵੜਿਆ ਵੀ ਨਹੀਂ ਤੇ ਦੱਸੋ ਸ਼ੋਮਨੀ ਕਮੇਟੀ ਦਾ ਕੀ ਕੰਮ ਹੈ ਇੱਕ ਧਰਮ ਦਾ ਪ੍ਰਚਾਰ ਕਰਨਾ ਤੇ ਮੈਨੂੰ ਕਈ ਵਾਰ ਬੜਾ ਦੁੱਖ ਹੁੰਦਾ ਹੈ ਜਦੋਂ ਪਿੰਡਾਂ ਦੇ ਵਿੱਚ ਜਾਣਾ ਤੇ ਉੱਥੇ ਆਸ-ਪਾਸ ਦੇ ਕਈ ਪਿੰਡਾਂ ਜਦੋਂ ਮੈਂ ਪਤਾ ਕਰਨਾ ਵੀ ਪੰਜ ਪਿਆਰਿਆਂ ਦੇ ਨਾਂ ਦੱਸ ਦਿਓ ਤੇ ਪੰਜ ਪਿਆਰਿਆਂ ਦੇ ਨਾਂ ਨਹੀਂ ਵੀਰੇ ਜੀ ਪਤਾ ਹੁੰਦੇ ਲੋਕਾਂ ਨੂੰ 10 ਪਾਤਸ਼ਾਹੀਆਂ ਦੇ ਨਾਂ ਨਹੀਂ ਪਤਾ ਹੁੰਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ ਨਹੀਂ ਪਤਾ ਹੁੰਦੇ ਜਿਨ੍ਹਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ ਜਿਹੜੇ ਨੀਹਾਂ ਚੁੰਨੇਗੇ ਜੰਗੇ ਮੈਦਾਨੀ ਸ਼ਹੀਦ ਹੋ ਗਏ ਆ ਸਿੱਖ ਧਰਮ ਤੋਂ ਜਿਆਦਾ ਵੱਡੀ ਕੁਰਬਾਨੀ ਕਿੰਦੀ ਹੋਣੀ ਹੈ ਇੱਕ ਕੋਈ ਕਿਸੇ ਦਾ ਚੜਿਆ ਹੋਣਾ ਸੂਲੀ ਤੇ ਇੱਥੇ ਤਾਂ ਲੱਖਾਂ ਦੀ ਗਿਣਤੀ ਚ ਅੱਜ ਤੱਕ ਸ਼ੀਦੀਆਂ ਹੋ ਰੀਆਂ ਨੇ ਕਿਹੜਾ ਧਰਮ ਹੈ ਜਿੰਦੇ ਅਰਦਾਸ ਵਿੱਚ ਕਿਹਾ ਜਾਂਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਬਚਿਆ ਧਰਮ ਇਸ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਲਵਾਈਆਂ ਝੜਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਜਿੰਦੇ ਦੇਗਾ ਹੀ ਚੁਪਾਲੇ ਗਏ ਸਿੱਖੀ ਲੇਕਿਨ ਸਿੱਖੀ ਕਿਸਾਂ ਸੋਸਾ ਸੰਗ ਨਵਾਈ ਲੇਕਿਨ ਦੇਖੋ ਤੁਸੀਂ ਐਡਾ ਵਿਸ਼ਾਲ ਐਡਾ ਕੁਰਬਾਨੀਆਂ ਵਾਲਾ ਧਰਮ ਜਿੰਦੇ ਵਿੱਚ ਜਿਹੜੇ ਨੇ 40 ਮੁਕਤੇ ਜਦੋਂ ਪਰੇ ਵੀ ਹੋ ਗਏ ਤੇ ਗੁਰੂ ਸਾਹਿਬ ਨੂੰ ਅਖੀਰ ਕੀ ਕਹਿੰਦੇ ਨੇ ਵੀ ਇੱਕੋ ਮੰਗੇ ਸਾਡੀ ਗੁਰੂ ਸਾਹਿਬ ਇਹ ਜਿਹੜੇ ਨੇ ਸਾਡਾ ਬੇਦਾਵਾ ਫਾੜ ਦਿਓ ਐ ਧਰਮ ਦੀ ਸਾਡੀ ਐਡੀ ਜਿਹੜੀ ਏ ਐਡਾ ਵੱਡਾ ਐਡਾ ਜਿਹੜੀ ਇਤਿਹਾਸ ਹੋਵੇ ਤੇ ਫਿਰ ਸਾਡੇ ਧਰਮ ਦੇ ਵਿੱਚ ਅੱਜ ਕਈ ਹੈ ਜੀ ਸਾਡੇ ਧਰਮ ਵਿੱਚ ਖਤਰਾ ਹੈ ਜੀ ਸਾਈ ਕਰਨ ਦਾ ਮਨ ਤੇ ਸ਼ਰਮ ਆਂਦੀ ਹੈ ਉਹਦਾ ਕਸੂਰਵਾਰ ਕੌਣ ਹੈ ਸਾਡੀ ਮਿੰਨੀ ਪਾਰਲੀਮੈਂਟ ਸ਼ੋਵਨੀ ਗੁਰਦੁਆਰਾ ਪਰਮੰਤ ਕਮੇਟੀ ਅਸੀਂ ਆਪ ਇਹ ਸਾਡੇ ਜਿਹੜੇ ਨੇ ਆਉਣ ਵਾਲੀ ਪੀੜ੍ਹੀ ਸਾਨੂੰ ਕਦੀ ਮਾਫ਼ ਨਹੀਂ ਕਰੇਗੀ ਉਹ ਕਹਿਣਗੇ ਤੂੰ ਕਾਦੇ ਲੀਡਰ ਸੋ ਤੁਸੀਂ ਆਪਣੇ ਧਰਮ ਦਾ ਜਿਹੜਾ ਪ੍ਰਚਾਰ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਦੀ ਮਹਾਂਪੁਰਸ਼ਾਂ ਦੀ ਧਰਤੀ ਏ ਤੁਸੀਂ ਉੱਥੇ ਆਪਣਾ ਪ੍ਰਚਾਰ ਜਿਹੜਾ ਨਹੀਂ ਤੁਸੀਂ ਕਰ ਸਕਿਆ ਸਿੱਖੀ ਦਾ ਉੱਥੇ ਸਿੱਖੀ ਨੂੰ ਖਤਰਾ ਹੋ ਗਿਆ ਅੱਜ ਜਿਹੜਾ ਮੈਨੂੰ ਸ਼ਰਮ ਆਉਂਦੀ ਏ ਜਦੋਂ ਜਾਂਨਾ ਮੈਂ ਪਿੰਡਾਂ ਦੇ ਵਿੱਚ ਤੇ ਕਦੀ ਭੈਣਾਂ ਨੂੰ ਪੁੱਛਨੇ ਆ ਵੀ ਕਦੀ ਤੁਸੀਂ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਕਦੀ ਨਹੀਂ ਕੀਤਾ ਉਹਨਾਂ ਨੂੰ ਕਹਿੰਨੇ ਆ ਚਲੋ ਸਿਮਰਨ ਕਰ ਲਓ ਹੁਣ ਜਿਹੜਾ ਸੋਸਾਇਟੀ ਦੇ ਸਾਡੇ ਸਾਰੇ ਵਲੰਟੀਅਰ ਜਿਨ੍ਹਾਂ ਨੇ ਉੱਥੇ ਸੇਵਾ ਕੀਤੀ ਉਸ ਟਾਈਮ ਜਿਵੇਂ ਤੁਸੀਂ ਦੱਸਿਆ ਵੀ ਪਾਣੀ 12-12 ਫੁੱਟ ਆ ਗਿਆ ਸੀ ਉਥੇ ਮੱਝਾਂ ਮਰੀਆਂ ਸਨ ਉਥੇ ਡੇਂਗੂ ਤੇ ਮਲੇਰੀਆ ਕਈ ਬਿਮਾਰੀਆਂ ਉਥੇ ਫੋਗਿੰਗ ਹੱਥੀ ਕੀਤੀ ਉਹਨਾਂ ਨੇ ਮੈਂ ਉਹਨਾਂ ਨੂੰ ਸਲੂਟ ਕਰਨਾ ਆਪਣੇ ਸਾਥੀਆਂ ਨੂੰ ਜਿਨ੍ਹਾਂ ਨੇ ਉਥੇ ਸੇਵਾ ਨਿਭਾਈ ਉਸ ਤੋਂ ਬਾਅਦ ਜਿਹੜਾ ਉਥੇ ਮੈਡੀਕਲ ਕੈਂਪ ਲਗਾਏ ਅੱਜ ਜਿਹੜਾ ਉਥੇ ਜਿਹੜਾ ਅੱਜ ਤੱਕ ਸੇਵਾ ਜਿਹੜੀ ਜਾਰੀ ਹੈ ਸਾਡੇ ਵਿੱਚ ਮੈਂ ਉਹਨਾਂ ਨੂੰ ਜੀਹਾਂ ਕਹਿੰਨਾ ਪ੍ਰਧਾਨ ਜਿਹੜੇ ਨੇ ਉਥੇ ਮੰਡਾਲਾ ਛੰਨਾ ਗੁਰਦੁਆਰਾ ਸਾਹਿਬ ਦੇ ਭਾਈ ਜੋਗਿੰਦਰ ਸਿੰਘ ਉਹ ਵੀ ਆਏ ਨੇ ਭਾਈ ਸਾਹਿਬ ਗੁਰੂਕਾਰ ਦੇ ਵਜੀਰ ਹੈਡ ਗ੍ਰੰਥੀ ਜਿਹੜੇ ਨੇ ਹਰਦੇਵ ਸਿੰਘ ਆਏ ਨੇ ਮੇਰੇ ਸਾਰੇ ਸਾਥੀ ਸਿੱਖ ਸੇਵਕ ਸੁਸਾਇਟੀ ਦੇ ਜਿਨ੍ਹਾਂ ਨੇ ਜਿਹੜਾ ਸਾਡੇ ਨਾਲ ਉੱਥੇ ਪੂਰਾ ਜਿਹੜਾ ਆਪਣੇ ਫਰਜ਼ ਨਿਭਾਏ ਨੇ ਉਹਨਾਂ ਨੇ ਜਿਹੜਾ ਆਪਣੀ ਪਰਵਾਹ ਨਹੀਂ ਕੀਤੀ ਪਰਿਵਾਰਾਂ ਦੀ ਤੇ ਉੱਥੇ ਖਤਰਾ ਸੀ ਜਦੋਂ ਉਸ ਟਾਈਮ ਤੇ ਉਸ ਟਾਈਮ ਉੱਥੇ ਉਹਨਾਂ ਨੇ ਕੰਮ ਕੀਤਾ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹੋਰ ਕੋਈ ਆਪ ਜੀ ਨੇ ਗੱਲ ਕਰਨੀ ਹੋਵੇ ਕਰੋ ਬਿਲਕੁਲ ਬਿਲਕੁਲ ਮੇਰੇ ਕੋਲ ਹੋਰ ਕੁਝ ਸਵਾਲ ਹੈ ਗਿਆ ਇੱਕ ਤਾਂ ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਕਿਉਂਕਿ ਜਦੋਂ ਉੱਥੇ ਹਾਲਾਤ ਇਦਾਂ ਦੇ ਸੀਗੇ ਤੇ ਬਹੁਤ ਸਾਰੀਆਂ ਹੋਰ ਸੰਸਥਾਵਾਂ ਹੋਰ ਸਖਸ਼ੀਤਾ ਤੇ ਹੋਰ ਵੀ ਅਦਾਰੇ ਸੀਗੇ ਜਿਨ੍ਹਾਂ ਨੇ ਉੱਥੇ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ ਕੋਈ ਸੱਜਣ ਕਿਤੇ ਇਤਰਾਜ਼ ਨਾ ਕਰੇ ਵੀ ਸੱਜਣ ਨੇ ਕੱਲਾ ਇੱਕੋ ਹੀ ਸੁਸਾਇਟੀ ਦਾ ਜ਼ਿਕਰ ਕਰ ਦਿੱਤਾ ਸਾਰਿਆਂ ਨੇ ਬੜੀ-ਬੜੀ ਭੂਮਿਕਾ ਨਿਭਾਈ ਸੀ ਕਿਉਂਕਿ ਅੱਜ ਪ੍ਰੈਸ ਕਾਨਫਰੰਸ ਇਸ ਸੁਸਾਇਟੀ ਵੱਲੋਂ ਹੋ ਰਹੀ ਹੈ ਮੈਂ ਇਸ ਕਰਕੇ ਉਚੇਚਾ ਇਹਨਾਂ ਦਾ ਜ਼ਿਕਰ ਕੀਤਾ ਹੈਗਾ ਸਾਰਿਆਂ ਨੇ ਬੜੀ ਉੱਥੇ ਭੂਮਿਕਾ ਨਿਭਾਈ ਸੀ ਪਰ ਇਹਨਾਂ ਵੀਰਾਂ ਨੇ ਪੱਕੇ ਤੌਰ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਗੋਦੀ ਲੈ ਲਿਆ ਇਸ ਕਰਕੇ ਮੈਂ ਖਾਸ ਜ਼ਿਕਰ ਕਰ ਰਿਹਾ ਹੈਗਾ ਇਹਨਾਂ ਦਾ ਕਿਉਂਕਿ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹੈਗੇ ਆ ਬਾਕੀ ਸਾਰੀਆਂ ਧਿਰਾਂ ਨੇ ਮੌਕੇ ਦੇ ਉੱਪਰ ਵਕਤੀ ਸੇਵਾ ਨਿਭਾਈ ਸੀਗੀ ਬਹੁਤ ਵੱਡਾ ਉਹਨਾਂ ਉਸ ਕੰਮ ਦਾ ਵੀ ਫਾਇਦਾ ਹੋਇਆ ਸੀਗਾ ਖਾਲਸਾ ਜੀ ਇੱਕ ਹੋਰ ਗੱਲ ਆਪਾਂ ਜਿਨ੍ਹਾਂ ਦੇ ਬਾਰੇ ਗੱਲ ਕਰ ਰਹੇ ਹਾਂ ਵੀ ਉਹ ਧੱਕੇ ਦੇ ਨਾਲ ਕਹਿ ਲਓ ਜਾਂ ਜਾਂ ਫਾਇਦਾ ਚੁੱਕ ਕੇ ਵੀ ਕਿਸੇ ਨੂੰ ਕੋਈ ਮਜਬੂਰੀ ਆ ਕਿਸੇ ਨੂੰ ਕੋਈ ਦੁੱਖ ਆ ਉਹਨੂੰ ਗੁੰਮਰਾਹ ਕਰਕੇ ਇਦਾਂ ਕਰਦਿਆ ਪੈਸੇ ਦਿੰਦਿਆ ਬਿ ਲੋਭ ਲਾਲਚ ਤੇ ਜਾਂ ਚਮਤਕਾਰ ਦਾ ਦਾਵਾ ਕਰਦੇ ਹੈਗੇ ਆ ਇਦਾਂ ਹੀ ਉਹਨਾਂ ਦੇ ਬੰਦੇ ਨਾ ਕਈ ਇਹ ਕਹਿੰਦੇ ਆ ਉਹ ਕਹਿੰਦੇ ਵੀ ਸਿੱਖ ਧਰਮ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਡੇਰੇ ਹੈਗੇ ਆ ਗੁਰੂ ਦੀ ਹਜ਼ੂਰੀ ਵਿੱਚ ਉਹ ਵੀ ਦਾਅਵੇ ਕਰਦੇ ਆ ਕਿ ਅਸੀਂ ਤੁਹਾਨੂੰ ਠੀਕ ਕਰ ਦਾਂਗੇ ਅਸੀਂ ਤੁਹਾਡੇ ਦੁੱਖ ਦੂਰ ਕਰ ਦਾਂਗੇ ਉਹ ਵੀ ਇਦਾਂ ਕਹਿੰਦੇ ਕਹਿੰਦੇ ਵੀ ਸਿੱਖ ਧਰਮ ਦੇ ਵਿੱਚ ਵੀ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਆ ਜਿਹੜੇ ਹੈਲਪ ਕਰਦੇ ਆ ਹੁਣ ਹੋ ਸਕਦਾ ਉਹਨਾਂ ਵਿੱਚੋਂ ਕਈਆਂ ਦੇ ਮਨ ਵਿੱਚ ਇਹ ਖਿਆਲ ਆਉਂਦਾ ਹੋਵੇ ਕਿ ਤੁਸੀਂ ਵੀ ਤਾਂ ਇਦਾਂ ਹੀ ਕਰ ਰਹੇ ਹੋ ਤੁਸੀਂ ਉਹਨਾਂ ਦੀ ਜਾ ਕੇ ਮਦਦ ਕਰ ਰਹੇ ਹੋ ਦੇਖੋ ਐਸੀ ਜਿਹੜੀ ਮਦਦ ਜਿਹੜੀ ਜਿਹੜੀ ਕਰ ਰਹੇ ਆ ਉਹ ਕੋਈ ਐਸੀ ਮਦਦ ਇਸ ਕਰਕੇ ਨਹੀਂ ਵੀ ਸਾਡੇ ਧਰਮ ਵਿੱਚ ਕੋਈ ਜਦੋਂ ਅਸੀਂ 23 ਸਾਲ ਪਹਿਲਾਂ ਉੱਥੇ ਆੜਾਏ ਸਨ ਜੀ ਉੱਥੇ ਤਦ ਕੋਈ ਇਹ ਚੱਕਰ ਨਹੀਂ ਸੀ ਕੋਈ ਕਿਸੇ ਕਿਸਮ ਦਾ ਵੀ ਇਸਾਈ ਕਰਨ ਵਿੱਚ ਕੋਈ ਸਾਨੂੰ ਕੋਈ ਖਤਰਾ ਸੀ ਵੀ ਸਾਡੇ ਧਰਮ ਦੇ ਲੋਕ ਇਸਾਈ ਬਣ ਰਹੇ ਨੇ ਜਾਂ ਮੁਸੀਬ ਪਰਿਵਾਰਾਂ ਦਾ ਵੀ ਜਾ ਰਹੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਅਸੀਂ ਸਿਰਫ ਉਹਨਾਂ ਦੀ ਮਦਦ ਕੀਤੀ ਵੀ ਉੱਥੇ ਹੜਾ ਆਏ ਨੇ ਜੀ ਸਿਰਫ ਤੇ ਸਿਰਫ ਸਾਡਾ ਇੱਕੋ ਗੱਲ ਸੀ ਵੀ ਜਿਹੜੇ ਘਰ ਉਹ ਰੁੜ ਗਏ ਨੇ ਜਿੱਥੇ ਉੱਥੇ ਐਡੀ ਬਿਮਾਰੀ ਫੈਲੀ ਏ ਜਾ ਉਹਨਾਂ ਦੇ ਹੈਂਡ ਟੂ ਮਾਉਥ ਉਹਨਾਂ ਦੇ ਹੋ ਗਏ ਨੇ ਉਹਨਾਂ ਦੇ ਕੋਲ ਕੁਝ ਨਹੀਂ ਬਚਿਆ ਕਿਸੇ ਕੋਲ ਬਿਸਤਰਾ ਨਹੀਂ ਸੀ ਕੋਈ ਤੁਲਾਈ ਨਹੀਂ ਸੀ ਕੋਈ ਮੰჯੀਆਂ ਨਹੀਂ ਸਨ ਅਸੀਂ ਤਦ ਜਾ ਕੇ ਉਹਨਾਂ ਦੀ ਮਦਦ ਕੀਤੀ ਤਦ ਕੋਈ ਉੱਥੇ ਸਾਈ ਵਾਲਾ ਕੋਈ ਪਰੇਸ਼ਾਨੀ ਨਹੀਂ ਸੀ ਹਾਂ 1.5 ਸਾਲ ਪਹਿਲਾਂ ਅਸੀਂ ਉੱਥੇ ਗਏ ਸਰਦਾਰ ਸੁਖਦੇਵ ਸਿੰਘ ਭੌਰ ਵੀ ਸਾਡੇ ਨਾਲ ਸਨ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਪਰਿਵਾਰ ਜਿਹੜੇ ਨੇ ਉਹ ਜਿਹੜੇ ਈਸਾਈ ਤੋਂ ਜਿਹੜੇ ਨੇ ਉਹਨਾਂ ਨਾਲ ਝੂਠੇ ਵਾਦੇ ਕੀਤੇ ਗਏ ਬਲਕਿ ਅਸੀਂ ਉਹਨਾਂ ਕੋਲ ਤੁਹਾਨੂੰ ਪੁੱਛ ਸਕਦੇ ਹੋ ਪਰਿਵਾਰਾਂ ਇੰਚੀ ਨੇ ਅਸੀਂ ਉਹਨਾਂ ਦੇ ਇਲਾਜ ਅਥੇ ਜਲੰਧਰ ਆ ਕੇ ਸਿਵਲ ਹਸਪਤਾਲਾਂ ਹੀ ਕਰਾਏ ਤੇ ਉਹ ਕਹਿੰਦੇ ਸਾਡੇ ਨਾਲ ਤੇ ਧੋਖਾ ਹੋਇਆ ਅਸੀਂ ਗਲਤੀ ਨਾਲ ਉਥੇ ਧਰਮ ਆਪਣਾ ਪਰਵਰਤਨ ਕਰ ਰਿਆ ਲੇਕਿਨ ਜਿਹੜਾ ਅਸੀਂ ਵੇਖ ਲਿਆ ਬਈ ਸਾਇਵਾ ਭਾਵਨਾ ਸਿਰਫ ਸਿੱਖ ਧਰਮ ਵਿੱਚੇ ਅੱਜ ਤੋਂ ਬਾਅਦ ਅਸੀਂ ਕਦੀ ਕੁੱਥੇ ਨਹੀਂ ਜਾਣਾ ਅਸੀਂ ਚਟਾਨ ਵਕਨ ਸਿੱਖ ਧਰਮ ਵਿੱਚ ਖੜੇ ਆ ਅਸੀਂ ਅਗਰ ਪਿਆਦਾ ਸਿੱਖਾਂ ਦੇ ਘਰਾਂ ਵਿੱਚ ਹੋਇਆ ਤੇ ਸਿੱਖਾਂ ਦੇ ਹੀ ਹੋਣ ਮਰਾਂਗੇ ਤੇ ਜਦੋਂ ਸ਼ਾਮਲ ਹੋਏ ਤੇ ਅਸੀਂ ਉਹਨਾਂ ਨੂੰ ਜਦੋਂ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੂਰੀ ਵਿੱਚ ਜੋ ਸਰਪ ਸਾਰਿਆਂ ਦੇ ਵਿੱਚ ਇਕੱਠ ਦੇ ਵਿੱਚ ਮੈਂ ਕਿਹਾ ਵੀ ਬਿਲਕੁਲ ਐਵੇਂ ਸਰਪਾਉ ਨਾ ਲੈਣਾ ਝੂਠੇ ਵਾਦੇ ਨਾ ਕਰਨਾ ਗੁਰੂ ਗ੍ਰੰਥ ਸਾਹਿਬ ਦਾ ਨਾਂ ਸਾਨੂੰ ਜਿਹੜਾ ਪਾਪੀ ਬਣਾਣਾ ਨਾ ਬੰਨਣਾ ਅਗਰ ਤੁਸੀਂ ਸਿੱਖ ਧਰਮ ਦੇ ਵਿੱਚ ਅੱਗੋਂ ਪੱਕਾ ਰਹਿਣਾ ਹੈ ਤੇ ਤਾਂ ਤੁਸੀਂ ਆਓ ਨਹੀਂ ਤਾਂ ਬਿਲਕੁਲ ਨਾ ਆਓ ਜਿੱਥੇ ਬੈਠੇ ਹੋ ਬੈਠੋ ਮੈਂ 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 ਵੀ ਉੱਥੇ ਹੀ ਸਗਾ ਵੀਡੀਓ ਬਣੀ ਹੋਈ ਹੈ ਜੀ ਫਿਰ ਤੁਹਾਨੂੰ ਪਤਾ ਹੋਣਾ ਮੈਂ ਦਸ ਦਸ ਵਾਰਿਆ ਗੱਲ ਕਹੀ ਤੇ ਤਾਂ ਉਹਨਾਂ ਨੂੰ ਜਾ ਕੇ ਜਿਹੜਾ ਸਰਪਾਉ ਦਿੱਤੇ ਹੁਣ ਜਿਹੜਾ ਪਿੱਛੇ ਸੀ ਜਿਹੜੇ ਪਰਿਵਾਰ ਸ਼ਾਮਲ ਕੀਤੇ ਨੇ ਉਹ ਜਿਹੜੇ ਨੇ ਉਹਨਾਂ ਨੇ ਭਟਕ ਗਏ ਸਾਨੂੰ ਕਹਿੰਦੇ ਨੇ ਵੀ ਅਸੀਂ ਭਟਕ ਗਏ ਸਾਂ ਤੇ ਅਸੀਂ ਜਿਹੜਾ ਉੱਥੇ ਉਹਨਾਂ ਦੇ ਵਾਲ ਜਿਹੜਾ ਚਲੇ ਗਏ ਲੇਕਿਨ ਵੇਖਿਆ ਉਹ ਝੂਠ ਦਾ ਡੇਰੇ ਨੇ ਝੂਠ ਹੀ ਝੂਠੇ ਅਸੀਂ ਜਿਹੜਾ ਸਿੱਖ ਧਰਮ ਦੇ ਵਿੱਚ ਹੀ ਜਿਹੜਾ ਜਿਹਨਾਂ ਦਾ ਐਡਾ ਵਿਸ਼ਾਲ ਏ ਮਦਦ ਤੇ ਤੁਸੀਂ ਕਰਦੇ ਹੋ ਸਾਡੀ ਕੱਲ ਨੂੰ ਕੋਈ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਏ ਕੋਈ ਸਾਡਾ ਪਰਿਵਾਰਕ ਤੌਰ ਤੇ ਪ੍ਰੋਬਲਮ ਆਂਦੀ ਏ ਤੇ ਤੁਸੀਂ ਆਂਦੇ ਹੋ ਤੇ ਉਹ ਤੇ ਕਦੀ ਆਏ ਕੋਣੀ ਤੇ ਅਸੀਂ ਜਿਹੜਾ ਆਪਣੀਆਂ ਗਲਤੀਆਂ ਮੰਨਦੇ ਹੋਏ ਅਸੀਂ ਜਿਹੜੇ ਆ ਅੱਜ ਤੋਂ ਬਾਅਦ ਕਦੀ ਉੱਥੇ ਦੀ ਨਹੀਂ ਸੋਚਾਂਗੇ ਅਸੀਂ ਸਿੱਖ ਧਰਮ ਦੇ ਵਿੱਚ ਹੀ ਜਿਹੜਾ ਖੜੇ ਰਾਂਗੇ ਮੈਂ ਸਮਝਣਾ ਵੀ ਜਾਂਦੇ ਚ ਗਲਤੀਆਂ ਕੁਛ ਸਾਡੀਆਂ ਵੀ ਨੇ ਜਿਹੜੀਆਂ ਮੈਂ ਪਹਿਲੇ ਤੁਹਾਨੂੰ ਕਿਹਾ ਵੀ ਸਾਡੇ ਜਿਹੜੇ ਲੀਡਰ ਕਹਿ ਲੋ ਜਾਂ ਸਾਡੇ ਧਾਰਮਿਕ ਲੀਡਰ ਕਹਿ ਲੋ ਜਾਂ ਧਾਰਮਿਕ ਜਥੇਬੰਦੀਆਂ ਕਹਿ ਲੋ ਉਹਨਾਂ ਨੇ ਉੱਥੇ ਤੱਕ ਪਹੁੰਚ ਹੀ ਨਹੀਂ ਕੀਤੀ ਔਰ ਇਹ ਇਹ ਗੱਲ ਹਾਂਜੀ ਤੁਸੀਂ ਪਹਿਲਾਂ ਵੀ ਕੀਤੀ ਭਈ ਉਹਨਾਂ ਨੇ ਉੱਥੇ ਤੱਕ ਪਹੁੰਚ ਨਹੀਂ ਕੀਤੀ ਇੱਕ ਗੱਲ ਹੋਰ ਤੁਸੀਂ ਆਪਣੀਆਂ ਜਿਹੜੀਆਂ ਉਹ ਤਿਹਰਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਉਹ ਵੀ ਇਦਾਂ ਚਮਤਕਾਰਾਂ ਦੇ ਦਾਅਵੇ ਕਰਦੇ ਉਹਨਾਂ ਨੂੰ ਵੀ ਕੰਡੈਮ ਕਰਦੇ ਹੋ ਇਹਨਾਂ ਵੱਲ ਬਿਲਕ ਵੀ ਚਮਤਕਾਰ ਦੀ ਜਿਹੜੀ ਨਾ ਦੀ ਕੋਈ ਚੀਜ਼ ਨਹੀਂ ਹੈਗੀ ਨਾ ਕੋਈ ਕਰਾਮਾਤਾਂ ਦੀ ਚੀਜ਼ ਹੈ ਜਿਹੜੀ ਇਹ ਜਿਹੜੀ ਦਸਮ ਪਾਤਸ਼ਾਹ ਨੇ ਕਿਹਾ ਸੀ ਵੀ ਕਰਾਮਾਤਾਂ ਦੇ ਜਿਹੜਾ ਨਾ ਇੱਕ ਵਾਰ ਮੈਨੂੰ ਯਾਦ ਹੈ ਥੋੜਾ ਜਿਹਾ ਇਤਿਹਾਸ ਜਦੋਂ ਉਹਨਾਂ ਨੇ ਮੋਤੀ ਬਾਗ ਤੋਂ ਜਦੋਂ ਤੀਰ ਚਲਾਇਆ ਸੀ ਤੇ ਜਾ ਕੇ ਲੱਗਾ ਸੀ ਤੇ ਉਹਨਾਂ ਨੇ ਕਿਹਾ ਵੀ ਇਹ ਕੀ ਸਿੰਘਾਂ ਨੇ ਪੁੱਛਿਆ ਵੀ ਇਹ ਚਮਤਕਾਰ ਈ ਕਿੰਨੇ ਮੀਲ ਤੇ ਜਾ ਕੇ ਲੱਗਾ ਉਹਨਾਂ ਨੇ ਕਿਹਾ ਸੀ ਇਹ ਚਮਤਕਾਰ ਨਹੀਂ ਅਭਿਆਸ ਹੈ ਸਾਡੇ ਗੁਰੂ ਸਾਹਿਬ ਕਦੀ ਚਮਤਕਾਰਾਂ ਦੇ ਆਕੇ ਜ ਨਹੀਂ ਹੋਏ ਨਾ ਹੀ ਉਹਨਾਂ ਨੇ ਕਦੀ ਚਮਤਕਾਰ ਕੀਤੇ ਉਹ ਕਹਿੰਦੇ ਨੇ ਵੀ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੋ ਜੋਦੜੀ ਕਰੋ ਨਾਮ ਜਪੋ ਕੀਰਤ ਕਰੋ ਨਾਮ ਜਪੋ ਤੇ ਵਣ ਛਕੋ ਇਹ ਸਾਡਾ ਜਿਹੜਾ ਸਾਡਾ ਧਰਮ ਦਾ ਮੇਨ ਕਨਸੈਪਟ ਹੈ ਤੇ ਸੇਵਾ ਤੇ ਸਿਮਰਨ ਉਹ ਉਹ ਤੁਸੀਂ ਕਰੋ ਸਾਡੇ ਟਰਮੈ ਜਿਹੜਾ ਵੀ ਇਹ ਚਮਤਕਾਰ ਕੋਈ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਚ ਕਰਦਾ ਹੈ ਮੈਂ ਸਮਝਣਾ ਉਹ ਵੀ ਦੋਖੀ ਏ ਦੋਸ਼ੀ ਏ ਗੁਰੂ ਘਰ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਪੰਥ ਦਾ ਉਹ ਐ ਕੋਈਆਂ ਕੋਈ ਚੀਜ਼ਾਂ ਕਨਸੈਪਟ ਨਹੀਂ ਆ ਵਕੇ ਜੀ ਸਿੱਖੀ ਦਾ ਜਿਹੜਾ ਕਨਸੈਪਟ ਹੈਗਾ ਮੈਨੂੰ ਲੱਗਦਾ ਭਾਈ ਸਾਹਿਬ ਦਾ ਕਹਿਣਾ ਹੈਗਾ ਉਦਾਹਰਣਾਂ ਬਹੁਤ ਦਿੱਤੀਆਂ ਜਾ ਸਕਦੀਆਂ ਨੇ 7 ਤੇ 9 ਸਾਲ ਦੀ ਉਮਰ ਦੇ ਛੋਟੇ ਸਹਿਬਜ਼ਾਦੇ ਨੀਹਾਂ ਵਿੱਚ ਸ਼ਹੀਦ ਨਾ ਹੋਣਾ ਪੈਂਦਾ ਮਾਚੀਵੜ ਦੇ ਜੰਗਲਾਂ ਦੇ ਵਿੱਚ ਜਾ ਕੇ ਗੁਰੂ ਸਾਹਿਬ ਜੀ ਨੂੰ ਨੰਗੇ ਪੈਰੀ ਉਹ ਸਾਰਾ ਕੁਝ ਨਾ ਹੋਣਾ ਪੈਂਦਾ ਚਮਤਕਾਰ ਵਾਲੀ ਗੱਲ ਗੁਰੂ ਆਪਾਂ ਵੀ ਦੇਖਿਆ ਪਿੱਛੇ ਜਾਏ ਪਏ ਕਿ 22 ਮੁਲਕਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਮੇਨ ਈਸਾਈ ਪ੍ਰਚਾਰਕ ਉਹ ਆਏ ਸੀਗੇ ਪਿੱਛੇ ਜਾਏ ਤੇ ਉਹਨਾਂ ਨੇ ਆ ਕੇ ਇਹ ਗੱਲ ਆਖੀ ਵੀ ਕਹਿੰਦੇ ਜਿਹੜੇ ਇਦਾਂ ਦਾ ਸਾਰਾ ਕੁਝ ਪੰਜਾਬ 'ਚ ਕਰ ਰਹੇ ਆ ਪਾਸਟਰ ਵੀ ਸਾਡਾ ਉਹਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ ਉਹਦੇ باوجود ਵੀ ਨਾ ਪੰਜਾਬ ਦੀ ਸਰਕਾਰ ਉਹਨਾਂ ਨੂੰ ਨੱਥ ਪਾਉਂਦੀ ਆ ਨਾ ਹੋਰ ਕੁਝ ਹੋ ਪਾਰਿਆ ਕੀ ਲੱਗਦਾ ਤੁਹਾਨੂੰ ਵੀ ਜੇ ਉਹਨਾਂ ਦੇ ਪਿੱਛੇ ਉਹ ਨਹੀਂ ਹੈਗੇ ਅਸਲੀ ਈਸਾਈ ਤਾਂ ਫਿਰ ਕੌਣ ਹੋ ਸਕਦੇ ਇਹਨਾਂ ਦੇ ਪਿੱਛੇ ਦੇਖੋ ਜਿਹੜੀ ਉਹਨਾਂ ਨੇ ਇਹ ਗੱਲ ਤੇ ਕਹਿ ਕੇ ਤੇ ਉਹਨਾਂ ਨੇ ਕਿਹਾ ਤਾਂ ਵੀ ਠੀਕ ਹੈ ਜੀ ਸਾਡਾ ਵਿੱਚ ਕਸੂਰ ਨਹੀਂ ਹੈਗਾ ਉਹ ਦੂਜੇ ਨੇ ਨਕਲੀ ਨੇ ਤੇ ਉਹਨਾਂ ਨੂੰ ਵੀ ਇਹਦੇ ਪਿੱਛੇ ਜਿਹੜਾ ਪੂਰਾ ਜਿਹੜਾ ਗੰਭੀਰ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਜਿਹੜਾ ਅਖੀਰ ਤੱਕ ਇਹਦੀ ਜਾਂਚ ਪੜਤਾਲ ਕਰਨੀ ਚਾਹੀਦੀ ਏ ਔਰ ਲੇਕਿਨ ਉਹਦੇ ਵਿੱਚ ਦੋਸ਼ੀ ਅਸੀਂ ਵੀ ਹਾਂ ਦੋਸ਼ੀ ਜਿਹੜੇ ਅਸੀਂ ਇਸ ਕਰਕੇ ਆ ਵੀ ਸਾਡੀ ਜਿਹੜੀ ਜਮਾਤ ਹੈ ਸ਼ੋਮਣੀ ਕਾਲੀ ਦਲ ਜਿਹੜੀ ਸਿੱਖਾਂ ਦੀ ਜਮਾਤ ਹੈ ਉਹ ਕੁਝ ਨਹੀਂ ਕਰ ਰਹੀ ਇਹਦੇ ਬਾਰੇ ਨਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਏ ਇਸ ਬਾਰੇ ਕੁਝ ਕਰ ਰਹੀ ਏ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਜਿਹੜਾ ਪੂਰੀ ਗੰਭੀਰਤਾ ਦੇ ਨਾਲ ਉਂਝ ਜੋ ਮਾਰਚ ਕਰਦੇ ਨੇ ਤੇ ਕਈ ਕੁਝ ਕਰਦੇ ਨੇ ਕਿਉਂ ਨਹੀਂ ਕਿ ਉਧੇ ਜਾ ਕੇ ਸੀਐਮ ਨੂੰ ਉਹਨਾਂ ਨੂੰ ਮਿਲਦੇ ਸਟੇਟ ਗਵਰਨਮੈਂਟ ਨੂੰ ਉਹਨਾਂ ਤੇ ਦਬਾਅ ਪਾਉਂਦੇ ਵੀ ਪੰਜਾਬ ਦੇ ਹਾਲਾਤ ਤੋਂ ਹੀ ਖਰਾਬ ਹੋ ਰਹੇ ਨੇ ਪੰਜਾਬ ਦੇ ਹੋਂ ਤੇ ਐਡਾ ਫੈਲ ਚੁੱਕਾ ਹੈ ਕੈਂਸਰ ਵਕਨ ਇਹ ਫੈਲ ਚੁੱਕਾ ਹੈ ਸਾਈਕਰਨ ਪਿੰਡਾਂ ਪਿੰਡਾਂ ਦੇ ਵਿੱਚ ਘਰਾਂ ਜਿਹੜਾ ਮਹੱਲਿਆਂ ਮਲਿਆਂ ਦੇ ਵਿੱਚ ਜਿਹੜੀ ਇਹ ਜਿਹੜਾ ਪ੍ਰਚਾਰ ਕਰ ਰਹੇ ਨੇ ਔਰ ਬਿਲਕੁਲ ਗਲਤ ਜਿਹੜਾ ਝੂਠਾ ਪ੍ਰਚਾਰ ਹੋ ਰਿਹਾ ਹੈ ਔਰ ਜਿਹੜਾ ਗਰੀਬ ਸਿੱਖੇ ਉਹਨੂੰ ਜਿਹੜਾ ਤੋੜਨ ਕੇ ਤੇ ਧਰਮ ਦੇ ਵਿੱਚ ਜਿਹੜਾ ਪਰਵਰਤਨ ਦਾ ਕਰ ਰਹੇ ਨੇ ਇਹਦੇ ਬਾਰੇ ਵਿੱਚ ਜਿਹੜੀ ਸਿੱਖਾਂ ਦੀ ਜਿਹੜੀ ਜਮਾਤ ਜਿਹਨੂੰ ਅਸੀਂ ਕਹਿੰਦੇ ਆ ਸ਼ੋਮਣੀ ਕਾਲੀਦਾਲ ਤੇ ਸ਼ੋਮਣੀ ਕਮੇਟੀ ਜਿਹੜੀ ਇਹ ਉਹ ਬਿਲਕੁਲ ਫੇਲ ਹੋ ਚੁੱਕੀ ਹੈ ਔਰ ਇਹਨਾਂ ਨੂੰ ਜਿੱਥੇ ਪੰਜਾਬ ਸਰਕਾਰ ਤੇ ਦਬਾਅ ਪਾਣਾ ਚਾਹੀਦਾ ਸਾਰੇ ਜਿੱਥੇ ਬੰਦਿਆਂ ਨੂੰ ਅਗਰ ਟਾਈਮ ਸਿਰ ਆਪਾਂ ਅੱਖਾਂ ਨਾ ਖੋਲੀਆਂ ਤੇ ਇਹਨਦੇ ਜਿਹੜੇ ਬੜੇ ਗੰਭੀਰ ਪ੍ਰਨਾਮ ਨਿਕਲਣਗੇ ਔਰ ਇਹ ਪੰਜਾਬ ਵਾਸਤੇ ਜਿਹੜੇ ਨੇ ਸਿੱਖੀ ਵਾਸਤੇ ਇਹ ਕੋਈ ਚੰਗੀ ਜਿਹੜੀ ਆਉਣ ਵਾਲਾ ਟਾਈਮ ਆਵਾਜ਼ ਚੰਗੀ ਨਹੀਂ ਲੱਗ ਰਹੀ ਜੀ ਖਾਲਸਾ ਜੀ ਇੱਕ ਸਵਾਲ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਪਾਂ ਵੇਖਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਨਾ ਲਗਾਤਾਰ ਉਹਨਾਂ ਵੱਲੋਂ ਕੁਝ ਇਦਾਂ ਦੇ ਯਤਨ ਹੋ ਰਿਹਾ ਹੈ ਉਹ ਦਾਵਾ ਕਰ ਰਹੇ ਆ ਉਹ ਕਹਿੰਦੇ ਕਿ ਜਿਹੜੇ ਨਾ ਸਾਡੇ ਸਿੱਖ ਪਰਿਵਾਰ ਗੁੰਮਰਾਹ ਹੋ ਕੇ ਉਧਰ ਚਲ ਗਏ ਸਕੇ ਅਸੀਂ ਉਹਨਾਂ ਦੀ ਘਰ ਵਾਪਸੀ ਕਰਵਾ ਰਹੇ ਆ ਕਿੱਦਾਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਕਿ ਉਹ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਪੈਰ ਉਖੜ ਚੁੱਕੇ ਆ ਉਹ ਪੈਰ ਦੁਬਾਰਾ ਲਾਉਣ ਦੇ ਯਤਨ ਕਰ ਰਹੇ ਨੇ ਜਾਂ ਇਦਾਂ ਮੰਨਿਆ ਜਾਵੇ ਕਿ ਉਹ ਹੁਣ ਜਾਗ ਗਏ ਆ ਦੇਖੋ ਜੀ ਮੇਰੇ ਸਾਹਮਣੇ ਨਾਲ ਤੇ ਕੋਈ ਜਾਗਨ ਜੁਗਨ ਵਾਲੀ ਗੱਲ ਕੋਣੀ ਸ਼ੋਮਣੀ ਅਕਾਲੀ ਦਲ ਇਹਨਾਂ ਦੇ ਮਗਰ ਇਹਨਾਂ ਦੇ ਪਿੱਛੇ ਜਿਹੜੀ ਸ਼ੋਮਣੀ ਅਕਾਲੀ ਦਲ ਦਾ ਇੱਕ ਵਿੰਗ ਹੀ ਬਣ ਗਿਆ ਤੁਹਾਨੂੰ ਪਤਾ ਇਹ ਸ਼ੋਮਣੀ ਕਮੇਟੀ ਕਹਿ ਲਓ ਜਾਂ ਜੋ ਵੀ ਹੋਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸਤਿਕਾਰਯੋਗ ਜੋ ਜਥੇਬੰਦੀਆਂ ਨੇ ਉਹ ਸਾਰਾ ਉਹਨਾਂ ਦੇ ਹੁੰਦੇ ਤੇ ਚੱਲ ਰਹੀਆਂ ਨੇ ਜਿੰਨਾ ਇਹਨਾਂ ਨੂੰ ਗੰਭੀਰ ਹੋਣਾ ਚਾਹੀਦਾ ਉਹਦੇ ਪ੍ਰਤੀ ਕਿਉਂਕਿ ਉਹਨਾਂ ਦੇ ਪੈਰ ਪੰਜਾਬ ਵਿੱਚੋਂ ਖੜ ਚੁੱਕੇ ਨੇ ਜੀ ਔਰ ਜਿਹੜੀ ਇਹ ਮੈਂ ਪਹਿਲੇ ਵੀ ਜਿਵੇਂ ਗੱਲ ਕਹੀਏ ਵੀ ਸ਼ੋਮਣੀ ਅਕਾਲੀ ਦਲ ਦਾ ਪੰਜਾਬ ਵਿੱਚ ਪਤਨ ਇਹ ਖਾਲੀ ਘਾਤਕ ਪੰਜਾਬ ਵਾਸਤੇ ਤੇ ਹਾਈਏ ਸਿੱਖਾਂ ਵਾਸਤੇ ਤੇ ਬੜਾ ਵੱਡਾ ਜਿਹੜੀ ਇਹ ਘਾਤਕ ਚੀਜ਼ ਹੈ ਕਿਉਂਕਿ ਜਿਹੜੀ ਸ਼ੋਮਣੀ ਅਕਾਲੀ ਦਾ ਸ਼ਹੀਦਾਂ ਦੀ ਚਤੇਬੰਦੀ ਸੀ ਜਿੰਦੇ ਕਰਕੇ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਜੇਲਾਂ ਕਟੀਆਂ ਨੇ 8 8 10 10 ਸਾਲ ਲੇਕਿਨ ਉਹਨਾਂ ਦਾ ਪੰਜਾਬ ਵਿੱਚ ਪਤਨ ਜਿਹੜਾ ਉਹ ਪੰਜਾਬ ਵਾਸਤੇ ਪੰਜਾਬੀ ਪੰਜਾਬੀਆਂਤ ਵਾਸਤੇ ਤੇ ਸਿੱਖਾਂ ਵਾਸਤੇ ਇੱਕ ਬੜਾ ਵੱਡਾ ਘਾਟੇ ਦਾ ਜਿਹੜਾ ਕੰਮ ਹੈ ਕਿਉਂਕਿ ਪੰਜਾਬ ਦਾ ਜੋ ਦਰਦ ਸ਼ੋਮਣੀ ਕਾਲੀ ਦਲ ਸਮਝ ਸਕਦਾ ਸੀ ਉਹ ਦਰਦ ਕੋਈ ਹੋਰ ਜਿਹੜੀ ਨੈਸ਼ਨਲ ਪਾਰਟੀ ਜਾਂ ਖੱਬੇ ਪਾਰਟੀਆਂ ਨਹੀਂ ਕਦੀ ਸੋਚ ਸਕਦੀਆਂ ਲੇਕਿਨ ਇਹਦੇ ਕਾਰਨ ਇੱਕੋ ਇੱਕ ਉਹਨਾਂ ਦਾ ਪਰਿਵਾਰ ਹੀ ਹੈ ਜਿਹੜਾ ਪ੍ਰਾਈਵੇਟ ਲਿਮਟਿਡ ਹੈ ਜਦ ਤੱਕ ਇਹ ਪਰੇ ਨਹੀਂ ਹੋਏਗਾ ਸ਼ੋਮਣੀ ਕਾਲੀ ਦਲ ਤੋਂ ਤਦ ਤੱਕ ਪੰਜਾਬ ਦਾ ਸਿੱਖੀ ਦਾ ਭਲਾ ਨਹੀਂ ਹੋ ਸਕਦਾ ਅਗਰ ਇਹ ਪੰਜਾਬ ਦਾ ਸਿੱਖੀ ਦਾ ਭਲਾ ਚਾਹੁੰਦੇ ਨੇ ਤੇ ਅਗਰ ਇਹ ਚਾਹੁੰਦੇ ਨੇ ਵੀ ਸਰਵਾਈਵ ਦੁਬਾਰਾ ਸ਼ੁਮਣੀ ਜਿਹੜੀ ਅਕਾਲੀ ਦਲ ਕਰੇ ਤੇ ਹੱਥ ਜੋੜ ਕੇ ਜਿਹੜੀ ਇਹ ਸਿੱਖਾਂ ਨੂੰ ਬੇਨਤੀ ਕਰਨੀ ਚਾਹੀਦੀ ਏ ਇਹ ਪਰੇ ਹੋ ਜਾਣ ਤਾਂ ਕਿ ਬਚ ਜਾਵੇ ਸਿੱਖੀ ਵੀ ਬਚ ਜਾਵੇ ਨਹੀਂ ਤਾਂ 40 ਸਾਲਾਂ ਦੇ ਜੋ ਸਿੱਖੀ ਦਾ ਪਤਤ ਪੂਣਾ ਜੋ ਸਿੱਖੀ ਦਾ ਨੁਕਸਾਨ ਹੋਇਆ ਆਣ ਵਾਲੀਆਂ ਸਾਡੀਆਂ ਪੀੜੀਆਂ ਸਾਨੂੰ ਕਦੀ ਮਾਫੀ ਨਹੀਂ ਕਰਨਗੀਆਂ ਵਿੱਚੇ ਅਸੀਂ ਆ ਵਿੱਚੇ ਸਾਰੇ ਕਿਸੇ ਨੂੰ ਮਾਫ ਨਹੀਂ ਉਹਨਾਂ ਨੇ ਕਰਨਾ। ਵਾਕਈ ਵਾਕਈ ਮੈਂ ਪ੍ਰੋਫੈਸਰ ਸਾਹਿਬ ਨਾਲ ਥੋੜੀ ਜੀ ਗੱਲ ਕਰਨੀ ਚਾਹੂਗਾ। ਬਾਦਲ ਐਂਡ ਪਾਰਟੀ ਦੀ ਗੱਲ ਕਰਦੇ ਆਂ, ਪਰਿਵਾਰ ਦੀ ਗੱਲ ਕਰਦੇ ਆਂ, ਛੋਟੇ ਬਾਦਲ ਤੇ ਵੱਡੇ ਬਾਦਲ। ਇਹਨਾਂ ਦਾ ਕਹਿਣਾ ਹੈਗਾ ਕਿ ਖਾਲਸਾ ਪੰਥ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਇਦਾਂ ਦੇ ਯਤਨ ਕਰੋ ਕਿ ਇਹ ਖਾਲਸਾ ਪੰਥ ਨੂੰ ਜੋ ਜੋਕ ਵਾਂਗ ਚਿੰਬੜੇ ਹੋਇਆ ਇਹ ਲੱਥ ਜਾਣ ਤਾਂ ਜੋ ਭਲਾ ਹੋ ਸਕੇ। ਪ੍ਰੋਫੈਸਰ ਸਾਹਿਬ ਵੀ ਮੇਰੇ ਨਾਲ ਹੈਗੇ ਨੇ। ਪ੍ਰੋਫੈਸਰ ਸਾਹਿਬ ਇਸਾਈਆਂ ਦਾ ਜਿਹੜਾ ਆ ਮਸਲਾ ਹੈਗਾ ਨਕਲੀ ਪਾਸਟਰ ਜੋ ਕੁਝ ਵੀ ਕਰ ਰਹੇ ਆ, ਉਹਦੇ ਸਬੰਧ ਵਿੱਚ ਗੱਲਬਾਤ ਚੱਲ ਰਹੀ ਆ। ਜਿੰਨੇ ਯਤਨ ਉਹਨਾਂ ਵੱਲੋਂ ਕੀਤੇ ਜਾ ਰਹੇ ਸ਼੍ਰੋਮਣੀ ਕਮੇਟੀ ਦਾਵਾ ਕੀਤਾ ਜਾ ਰਿਹਾ ਯਤਨ ਤਾਂ ਰੱਬ ਜਾਣੇ ਆਪ ਦੱਸ ਦੇਈਆ ਪਿੰਡ ਵਾਲੇ ਕਹਿੰਦੇ ਸਾਡੇ ਵੱਲੇ ਤਾਂ ਕੋਈ ਨਹੀਂ ਆਇਆ ਹੈਗਾ ਧਰਮ ਪ੍ਰਚਾਰ ਕਰਨ ਵਾਸਤੇ ਪਰ ਉਹ ਦਾਅਵੇ ਕਰ ਰਹੇ ਇੰਦਾਂ ਦੇ ਤੁਹਾਨੂੰ ਲੱਗਦਾ ਕਿ ਜਦੋਂ ਮੈਂ ਖਾਲਸਾ ਜੀ ਨੂੰ ਪੁੱਛਿਆ ਸੀਗਾ ਵੀ ਉਹ ਸ਼ਾਇਦ ਸਵੇਰ ਤੋਂ ਹੋ ਗਏ ਹੁਣ ਵੀ ਚਲੋ ਹੁਣ ਸਿੱਧੇ ਰਾਹ ਤੇ ਤੁਰ ਪੈਨੇ ਆ ਹੁਣ ਤੇ ਸਾਨੂੰ ਤਿੰਨ ਸੀਟਾਂ ਦਾ ਸਿਮਿੰਟ ਕਿਹ ਰਹਿ ਗਏ ਆ ਹੁਣ ਤੇ ਸਾਨੂੰ ਖਾਲਸਾ ਪੰਥ ਵੀ ਲਾਣ ਤਾਂ ਪਾ ਰਿਹਾ ਲੱਗਦਾ ਵੀ ਖਾਲਸਾ ਪੰਥ ਨੂੰ ਇੱਕ ਵਾਰ ਯਕੀਨ ਕਰਨਾ ਚਾਹੀਦਾ ਉਹਨਾਂ ਤੇ ਨਹੀਂ ਜੀ ਉਹਨਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਚਾਹੀ ਸ਼੍ਰੋਮਣੀ ਅਕਾਲੀ ਦਲ ਤੇ ਰਹੇਗਾ ਉਹਨਾਂ ਚ ਉਹਨਾਂ ਚਰ ਤੱਕ ਨਾ ਸ਼੍ਰੋਮਣੀ ਕਮੇਟੀ ਡਵੈਲਪ ਹੋ ਸਕਦੀ ਹੈ ਨਾ ਕਾਲ ਤੱਕ ਦਾ ਜਥੇਦਾਰ ਜਿਹੜਾ ਉਹ ਸੱਚ ਦੇ ਰਾਹ ਤੇ ਚੱਲ ਸਕਦਾ ਜਿੱਥੇ ਅਕਾਲੀ ਫੂਲਾ ਸਿੰਘ ਚੱਲੇ ਸਨ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੁੱਖ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੁੱਖ ਸਿਧਾਂਤ ਸੀਗਾ ਪੰਜਾਬ ਦੀ ਖੁਦਮੁਖਤਿਆਰੀ ਉਹਨੂੰ ਭੁੱਲ ਚੁੱਕੇ ਨੇ ਜ ਜਿਹਦੇ ਵਿੱਚ ਮਾਸਟਰ ਤਾਰਾ ਸਿੰਘ ਸਿੱਖ ਹਮਲੈਂਡ ਦੀ ਗੱਲ ਕਰਦੇ ਸਨ ਤੇ ਉਸ ਤੋਂ ਬਾਅਦ ਜਿਹੜੇ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਲੋਂਗੋਵਾਲ ਲੋਂਗੋਵਾਲ ਨੇ ਜਿਹੜੀ ਸੀ ਉਹ ਅਨੰਦਪੁਰ ਮਤੇ ਦੀ ਗੱਲ ਕੀਤੀ ਪੂਰੇ ਪੰਥ ਨੇ ਉਹਦੇ ਲਈ ਸੰਘਰਸ਼ ਕੀਤਾ ਔਰ ਦੇਖੋ ਜਿੰਨਾ ਚਿਰ ਤੱਕ ਤੁਸੀਂ ਪੰਜਾਬ ਦੀ ਹਸਤੀ ਔਰ ਪੰਥ ਦੀ ਹਸਤੀ ਦੇ ਲਈ ਕੋਈ ਪ੍ਰੋਗਰਾਮ ਨਹੀਂ ਹੈ ਤੁਹਾਡੇ ਕੋਲ ਤੁਸੀਂ ਇੱਥੇ ਪੰਜਾਬ ਦੇ ਵਿੱਚ ਨਾ ਸਿੱਖ ਪੰਥ ਔਰ ਨਾ ਪੰਜਾਬੀਅਤ ਇੱਥੇ ਜਿਹੜੀ ਹੈ ਇਸਟੈਬਲਿਸ਼ ਹੋ ਸਕਦੀ ਹੈ ਔਰ ਇੱਥੇ ਭਈਆ ਕਰਨ ਵੀ ਹੋਏਗਾ ਇੱਥੇ ਆ ਜਿਹੜੇ ਨਕਲੀ ਪਾਸਟਰ ਹੈ ਉਹ ਵੀ ਹਮਲੇ ਉਸੇ ਹੀ ਲੈਵਲ ਦੇ ਹੀ ਨੇ ਪਰ ਪ੍ਰੋਫੈਸਰ ਸਾਹਿਬ ਜਿਹੜੇ ਇਹ ਨਕਲੀ ਪਾਸਟਰ ਹੁਣ ਉਹ ਜਿਹੜੇ ਅਸਲੀ ਹੈਗੇ ਆ ਉਹ ਤੇ ਆ ਕੇ ਦਾਵਾ ਸਾਹਮਣੇ ਕਰ ਗਏ ਕਹਿੰਦੇ ਵੀ ਸਾਡਾ ਇਹਨਾਂ ਨਾਲ ਕੋਈ ਵਾਹਵਾਸਤਾ ਨਹੀਂ ਹੈਗਾ ਫਿਰ ਇਹ ਕੌਣ ਲੋਕ ਹੋ ਸਕਦੇ ਆ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਤਾਕਤਾਂ ਨੇ ਇਹਨਾਂ ਦੇ ਪਿੱਛੇ ਫੰਡਿੰਗ ਕੌਣ ਕਰਦਾ ਹੋਊਗਾ ਇਹਨਾਂ ਨੂੰ ਕੁਝ ਸੋਚਦੇ ਹੋ ਕੁਝ ਅੰਦਾਜ਼ਾ ਲਾਉਂਦੇ ਹੋ ਕੁਝ ਇਹ ਇਹਨਾਂ ਦਾ ਜਿਹੜਾ ਸਾਰਾ ਕੁਝ ਜਿਹੜਾ ਜੋ ਕੁਝ ਵੀ ਹੈ ਜਿੱਦਾਂ ਤਾੰਤ੍ਰਿਕ ਜੋਸ਼ ਹੀ ਨਹੀਂ ਹੁੰਦੇ ਵੀ ਅਸੀਂ ਦਾਵਾ ਕਰਦੇ ਨੇ ਅਸੀਂ ਆਹ ਕਰ ਸਕਦੇ ਹਾਂ ਉਹ ਕਰ ਸਕਦੇ ਹਾਂ ਉਹ ਇਕੱਲੇ ਸਿੱਖ ਧਰਮ ਦੇ ਲਈ ਖਤਰਨਾਕ ਨਹੀਂਗੇ ਉਹ Hindu ਧਰਮ ਲਈ ਵੀ ਖਤਰਨਾਕ ਨੇ ਜਿਹੜਾ ਬਾਲਮੀਕ ਭਾਈਚਾਰਾ ਉਹਨਾਂ ਦੇ ਵੀ ਉਹ ਜਿਹੜੇ ਨੇ ਇਸਾਈ ਬਣਾ ਰਹੇ ਨੇ ਰਵੀਦਾਸਿਆਂ ਨੂੰ ਵੀ ਇਸਾਈ ਬਣਾ ਰਹੇ ਨੇ ਉਹ ਰਵੀਦਾਸ ਤੋਂ ਵੀ ਸੰਤ ਗੁਰੂ ਰਵੀਦਾਸ ਤੋਂ ਵੀ ਤੋੜ ਰਹੇ ਨੇ ਔਰ ਭਗਵਾਨ ਬਾਲਮੀਕ ਤੋਂ ਵੀ ਤੋੜ ਰਹੇ ਨੇ ਔਰ ਸਿੱਖਾਂ ਜਿਹ ਗਰੀਬ ਸਿੱਖਾਂ ਨੂੰ ਮਜਬੂਰ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਤੋੜ ਰਹੇ ਨੇ ਪਰ ਜਦੋਂ ਤੰਤਰਕ ਹੋ ਗਿਆ ਉਹ ਤਾਂ ਚਲੋ ਆਪਣਾ ਪ੍ਰਚਾਰ ਕਰਦਿਆ ਫਿਰ ਲੋਕੀ ਆਪਣੀ ਜੇਬੇ ਚੋਂ ਪੈਸੇ ਕੱਢ ਕੇ ਉਹਨਾਂ ਨੂੰ ਦਿੰਦੇ ਆ ਤੰਤਰਕਾਰ ਨੂੰ ਹਨਾ ਵੀ ਸਾਡੇ ਦੁੱਖ ਦੂਰ ਕਰ ਦਿਓ ਇਹ ਵੀ ਵੀਸਾ ਲੈਂਦੇ ਆ ਇਹ ਫਿਸਾ ਲੈਂਦੇ ਚ ਬੱਚੇ ਚ ਡਬੋ ਡਮਾਉਂਦੇ ਆ ਇਦਾਂ ਫਿਸਾ ਲੈ ਕੇ ਕਰਦੇ ਹੋਏ ਇਦਾਂ ਸਾਰਾ ਕੁਝ ਇਹ ਕਰਦੇ ਨੇ ਬਹੁਤ ਸਾਰੇ ਲੋਕ ਤੇ ਇਦਾਂ ਦਾ ਨਹੀਂ ਜੀ ਜਿਹੜੀ ਖਬਰ ਆਈ ਹੈ ਜਲੰਧਰ ਦੇ ਵਿੱਚ ਬਈ ਇੱਕ ਲੜਕੀ ਨੂੰ ਜਿਹੜੀ ਹੈ ਉਹ ਮਰ ਗਈ ਕੈਂਸਰ ਦੇ ਕਿ ਵੀ ਤੇਰਾ ਕੈਂਸਰ ਅਸੀਂ ਠੀਕ ਕਰ ਦਾਂਗੇ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ ਇਹ ਕਰਦੇ ਸਾਂ ਅਸੀਂ ਠੀਕ ਕਰ ਦਾਂਗੇ ਉਹਨਾਂ ਉਹਦੇ ਮਾਪੇ ਦੋਸ਼ ਲਾ ਰਹੇ ਨੇ ਕਿ ਇਹਨਾਂ ਨੇ ਸਾਡੇ ਕੋ ਪੈਸੇ ਲਏ ਨੇ 70-80 ਹਜ਼ਾਰ ਰੁਪਈਆ ਉਹ ਸਾਰੀਆਂ ਖਬਰਾਂ ਚ ਆਇਆ ਪਰ ਉਹਦੇ باوجود ਗਵਰਨਮੈਂਟ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਇਹ ਜਿਹੜੀਆਂ ਮਤਲਬ ਕਿ ਇਹ ਇਸ ਤਰ੍ਹਾਂ ਹੋਏਗਾ ਕਿ ਕੱਲ ਨੂੰ ਇਹਦੇ ਬਾਰੇ ਜਿਹੜੀਆਂ ਜਿਹੜਾ ਇਹ ਵਿਰੋਧ ਜਿਹੜਾ ਉਹ ਤਿੱਖਾ ਵੀ ਹੋ ਸਕਦਾ ਜਿਹਦੇ ਨਾਲ ਪਰ ਕਈ ਵਾਰੀ ਆਪਾਂ ਆਪਣੀਆਂ ਤੇ ਰੱਬ ਲੋ ਇਹ ਵੀ ਦੋਸ਼ ਲਾਇਆ ਜਾਂਦਾ ਉਹਨਾਂ ਤੇ ਵੀ ਇਹ ਲੋਕਾਂ ਨੂੰ ਪੈਸੇ ਵੀ ਦਿੰਦੇ ਆ ਪਿੰਡਾਂ ਦੇ ਵਿੱਚ ਜਾ ਕੇ ਬਸਤੀਆਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਪੈਸੇ ਦਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਪੈਸੇ ਦੇ ਕੇ ਖਰੀਦਦੇ ਆ ਫਿਰ ਫੰਡਿੰਗ ਤਾਂ ਕੋਈ ਕਰਦਾ ਹੀ ਹੋਊਗਾ ਨਾ ਇਹਨਾਂ ਨੂੰ ਨੇ ਉਹ ਬਿਲਕੁਲ ਬਿਲਕੁਲ ਕਰਦੇ ਨੇ ਇਹ ਜਿਹੜੀਆਂ ਇਹ ਦੇਖੋ ਇਹ ਇਹ ਕੇਂਦਰੀ ਏਜੰਸੀਆਂ ਦਾ ਕੰਮ ਹੈ ਔਰ ਪੰਜਾਬ ਦੀਆਂ ਏਜੰਸੀਆਂ ਦਾ ਕੰਮ ਹੈ ਕਿ ਉਹ ਆਪਣੀ ਉਹਨਾਂ ਕੋ ਵੱਡੀਆਂ-ਵੱਡੀਆਂ ਕਿ ਜਿੱਥੇ ਮਾੜੀ ਜੀ ਵੀ ਗੱਲ ਹੁੰਦੀ ਹੈ ਜਿਹੜੀ ਦੇਸ਼ ਵਿਰੋਧੀ ਗੱਲਾਂ ਹੁੰਦੀਆਂ ਉਹਦੇ ਤੇ ਉਹ ਜਿਹੜੀਆਂ ਉਹ ਜਾਂਚ ਕਰਾਂਦੀਆਂ ਤੇ ਸਰਕਾਰ ਨੂੰ ਇਹਦੇ ਬਾਰੇ ਵੀ ਜਾਂਚ ਕਰਾਣੀ ਚਾਹੀਦੀ ਹੈ ਕਿਉਂਕਿ ਇਹ ਹਿੰਦੂ ਧਰਮ ਲਈ ਵੀ ਵੱਡਾ ਖਤਰਾ ਬਣੇਗਾ ਹਿੰਦੂ ਰਾਸ਼ਟਰਵਾਦ ਹਿੰਦੂ ਹਿੰਦੋਸਤਾਨ ਦੇ ਲਈ ਵੀ ਇਹ ਜਿਹੜਾ ਖਤਰਨਾਕ ਗੱਲ ਹੋਏਗੀ ਕਿਉਂਕਿ ਕੁਝ ਜੀ ਕੁਝ ਕਹਿਣਾ ਚਾਹੁੰਦੇ ਉਹ ਆਮ ਪਰਿਵਾਰ ਜਿਹੜੇ ਜਿਹੜੇ ਥੋੜਾ ਥੋੜੀ ਬਹੁਤੀ ਜਾਣਕਾਰੀ ਰੱਖਦੇ ਆ ਸਿੱਖ ਧਰਮ ਦੇ ਬਾਰੇ ਵੀ ਜਾਂ ਪੰਜਾਬ ਦੀ ਪੋਲਿਟਿਕਸ ਬਾਰੇ ਵੀ ਜਾਂ ਹੋਰ ਵੀ ਕੇਂਦਰ ਸਰਕਾਰ ਦੇ ਜੋ ਏਜੰਡੇ ਹੈਗੇ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਸਮਝਾਉਣਾ ਚਾਹੂਗਾ ਕਿ ਭਲਿਓ ਤੁਹਾਨੂੰ ਉਹ ਗੁੰਮਰਾਹ ਕਰਦੇ ਆ ਕਿ ਸਿੱਖੀ ਦਾ ਕਨਸੈਪਟ ਆ ਹੈਗਾ ਹੁਣ ਸਿੱਖੀ ਦਾ ਕਨਸੈਪਟ ਮੈਨੂੰ ਲੱਗਦਾ ਕਿ ਬਹੁਤ ਔਖਾ ਨਾਲੇ ਭਾਈ ਗੁਰਦਾਸ ਜੀ ਵੀ ਜਿੱਦਾਂ ਕਹਿੰਦੇ ਆ ਭਈ ਖੰਡੇ ਧਾਰ ਗਲੀ ਹੱਤ ਪੀੜੀ ਹੈ ਨਾ ਗੁਰਸਿੱਖੀ ਬਾਰੀਕ ਹੈ ਮਾਰਗ ਬਹੁਤ ਔਖਾ ਵਾਲਾ ਉਹ ਸੌਖਾ ਦੱਸ ਦਿਆ ਕਹਿੰਦੇ ਆ ਬਹੁਤ ਸੌਖਾ ਤੁਹਾਨੂੰ ਜੰਨਤ ਚ ਜਾਉਂਗੇ ਤੁਹਾਨੂੰ ਉਹ ਵੀ ਸਾਰਾ ਕਰ ਦਿਆ ਇਹੀ ਭਵਿੰਦਰ ਸਿੰਘ ਜੀ ਕਿਸੇ ਨੂੰ ਸਮਝ ਨਹੀਂ ਆਈ ਜਿਹੜੇ ਸਾਡੇ ਇਹ ਇਹ ਗੱਲਾਂ ਜਦੋਂ ਅਸੀਂ ਕਰਦੇ ਆ ਕਿ ਸਿੱਖੀ ਬੜੀ ਮਹਾਨ ਹੈ ਇਹ ਸਭ ਕੁਝ ਹੈ ਪਰ ਤੁਸੀਂ ਪਿੰਡਾਂ ਵਿੱਚ ਜਾ ਕੇ ਹਾਲ ਦੇਖੋ 15 20 ਸਾਲ ਤੋਂ ਇਹ ਸਾਰੀ ਇਹਦੇ ਬਾਰੇ ਰਿਸਰਚ ਕੀਤੀ ਆ ਔਰ ਮੈਂ ਅਖਬਾਰਾਂ ਵਿੱਚ ਵੀ ਜਿਹੜਾ ਪੱਤਰਕਾਰੀ ਵਜੋਂ ਵੀ ਇਹ ਕੁਝ ਲਿਖਿਆ ਉਹਨਾਂ ਬਾਰੇ ਉਹ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਹੜੇ ਆਪਣੇ ਸਿੱਖ ਧਰਮ ਦੇ ਪ੍ਰਚਾਰਕ ਉੱਥੋਂ ਤੱਕ ਨਹੀਂ ਪਹੁੰਚ ਰਹੇ ਆਮ ਸੰਗਤਾਂਗਰ ਗਰੀਬ ਸੰਗਤਾਂਗਰ ਉੱਥੇ ਜਾਂ ਤੋਂ ਕਿਉਂ ਕਿ ਤਰਾਂਦੇ ਨੇ ਇਹ ਮੇਰੀ ਸਮਝ ਤੋਂ ਬਾਹਰ ਹੈ ਔਰ ਨਾ ਸਿੱਖ ਮਿਸ਼ਰੀ ਕਾਲਜਾਂ ਵਾਲੇ ਤੇ ਨਾ ਹੀ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਨਾ ਹੀ ਦਿੱਲੀ ਗੁਰਦਾਰ ਪ੍ਰੰਤ ਕਮੇਟੀ ਵਾਲੇ ਕਿਸੇ ਵੀ ਪਿੰਡ ਵਿੱਚ ਨਹੀਂ ਜਾ ਰਹੇ ਉੱਥੇ ਕਿਸੇ ਵੀ ਪਿੰਡ ਵਾਲਿਆਂ ਨੂੰ ਨਹੀਂ ਪਤਾ ਕਿ ਸਾਡੀਆਂ 10 ਪਾਸ਼ੀਆਂ 20 ਕੌਣ ਨੇ ਔਰ ਗ੍ਰੰਥੀਆਂ ਦਾ ਬਹੁਤ ਮਾੜਾ ਹਾਲ ਹੈ ਉਹ ਗ੍ਰੰਥੀਆਂ ਨੇ ਮਾੜੇ ਹਾਲਾਤ ਹੋਣ ਕਰਕੇ ਜਿੱਥੇ ਗ੍ਰੰਥੀ ਮਾੜਾ ਹੋਏਗਾ ਜਿੱਥੇ ਉਹਦੀ ਆਰਥਿਕ ਤੌਰ ਤੇ ਮਾੜਾ ਹੋਏਗਾ ਉਹ ਪੰਥ ਦਾ ਪ੍ਰਚਾਰ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ ਔਰ ਤੁਸੀਂ ਪਾਸਟਰ ਦੇਖੋ ਕਿ ਉਹਨਾਂ ਦੇ ਕਿੰਨੇ ਪੜੇ ਲਿਖੇ ਨੇ ਔਰ ਕਿੰਨੇ ਉਹ ਮਤਲਬ ਪ੍ਰਚਾਰਕ ਵਧੀਆ ਨੇ ਔਰ ਉਸ ਲੈਵਲ ਤੇ ਸਿੱਖੀ ਜਿਹੜੀ ਆ ਬਹੁਤ ਢਾ ਲੱਗ ਚੁੱਕੀ ਹੈ ਪ੍ਰਚਾਰਕ ਪੱਖੋਂ ਪ੍ਰਚਾਰਕ ਪੱਖੋਂ ਇਸ ਗੱਲ ਦੀ ਜਿਹੜੀ ਸਮਝ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਆ ਰਹੀ ਉਹ ਬਾਦਲਾਂ ਦੇ ਅੰਤਰਗਤ ਹੀ ਬਾਦਲਾਂ ਦੀ ਹੀ ਸੇਵਾ ਨਿਭਾਈ ਜਾ ਰਹੀ ਹੈ ਉਹਦੇ ਪਰਿਵਾਰ ਦੀ ਹੀ ਸੇਵਾ ਨਿਭਾਈ ਜਾ ਰਹੀ ਹੈ ਜਿਹਦੇ ਕਰਕੇ ਇਹ ਬੁਰੀ ਤਰ੍ਹਾਂ ਕੈਂਸਰ ਜਿਹੜਾ ਬਾਦਲ ਪਰਿਵਾਰ ਦਾ ਕੈਂਸਰ ਹੈ ਉਹ ਪੰਥ ਨੂੰ ਲੱਗ ਚੁੱਕਾ ਹੈ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਦਾ ਜਵਾਬ ਹੋਰ ਮੈਂ ਦਰਸ਼ਕੋ ਤੁਹਾਡੀ ਜਿਹੜੇ ਪਿੰਡ ਦੇ ਪ੍ਰਧਾਨ ਸਾਹਿਬ ਬੈਠੇ ਨੇ ਉਹ ਪਿੱਛੇ ਜਿਹੜੇ ਪਿੰਡ ਦੀ ਆਪਾਂ ਗੱਲ ਕਰ ਰਹੇ ਆ ਪਿੰਡ ਮੰਡਾਲਾ ਸ਼ਰਨਾ ਨਾਲ ਗਰੰਤੀ ਸਿੰਘ ਹੈਗੇ ਨੇ ਮੈਂ ਉਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਵਾਉਂਗਾ ਕਿ ਕਿਦਾਂ ਉਹਨਾਂ ਦੇ ਪਿੰਡ ਤੱਕ ਵੀ ਉਹਨਾਂ ਨੇ ਅਪਰੋਚ ਕੀਤੀ ਸੀ ਕਿਦਾਂ ਕੁਝ ਪਰਿਵਾਰ ਚਲੇ ਵੀ ਗਏ ਸੀ ਤੇ ਕਿਦਾਂ ਵਾਪਸ ਮੁੜੇ ਹੈਗੇ ਆ ਕਿ ਇਹ ਜਿਹੜੇ ਸੱਜਣ ਬੈਠੇ ਨੇ ਇੱਥੇ ਉਹਨਾਂ ਨੂੰ ਲੋਭ ਲਾਲਚ ਦੇ ਕੇ ਲੈ ਕੇ ਆਏ ਆ ਕਿਉਂਕਿ ਮੈਂ ਉਹਦੋਂ ਮੌਕੇ ਤੇ ਐਸੇ ਪੱਤਰਕਾਰ ਮੈਂ ਹਾਜ਼ਰ ਸਗਾ ਉੱਥੇ ਉੱਥੇ ਕਿਸੇ ਨੇ ਕਿਸੇ ਨੂੰ ਨਹੀਂ ਕਿਹਾ ਸੀ ਉੱਥੇ ਇਦਾਂ ਹੀ ਹੋਇ ਆਪਣੀ ਮਰਜ਼ੀ ਦੇ ਨਾਲ ਆਉਣਾ ਚਾਹੁੰਦੇ ਹੈਗੇ ਆ ਘਰ ਵਾਪਸ ਆਉਣਾ ਚਾਹੁੰਦੇ ਹੈਗੇ ਆ ਉਹ ਜਕਾਰਾ ਬੁਲਾਇਓ ਉੱਥੇ ਇਦਾਂ ਹੀ ਹੋਈ ਸੀਗੀ ਪ੍ਰੋਫੈਸਰ ਸਾਹਿਬ ਕਿਉਂਕਿ ਜਿੱਦਾਂ ਤੁਸੀਂ ਆਖਿਆ ਕਿ ਜਿਹੜੇ ਹੋਰ ਵੱਡੇ ادارے ਜਿਨ੍ਹਾਂ ਦੇ ਕੋਲ ਸਭ ਕੁਝ ਹੈਗਾ ਬਾਧੂ ਸਮਰੱਥਾ ਵੀ ਹੈਗੀ ਆ ਉਹ ਉਹਨਾਂ ਪਿੰਡਾਂ ਤੱਕ ਪਹੁੰਚ ਨਹੀਂ ਕਰਦੇ ਮੈਂ ਪਹਿਲਾਂ ਤੇ ਥੋੜਾ ਜਿਹਾ ਕਿਉਂਕਿ ਮੈਂ ਉੱਥੇ ਜਾ ਕੇ ਆਇਆ ਤੁਹਾਡੇ ਨਾਲ ਹਨਾ ਜੀ ਰਸਤੇ 'ਚ ਧੂੜ ਬਹੁਤ ਜ਼ਿਆਦਾ ਆ ਸੜਕਾਂ ਵੀ ਕੱਚੀਆਂ ਆ ਗੱਡੀ ਵੀ ਐ ਐ ਕਰਕੇ ਜਾਂਦੀ ਆ ਕਈ ਜਗ੍ਹਾ ਤੇ ਗੱਡੀ ਜਾਂਦੀ ਨਹੀਂ ਹੈਗੇ ਮੈਨੂੰ ਲੱਗਾ ਮੋਟਰਸਾਈਕਲਾਂ ਤੇ ਜਾਣਾ ਪੈਂਦਾ ਔਰ ਜਦੋਂ ਮੋਟਰਸਾਈਕਲਾਂ ਤੇ ਜਾਵਾਂਗੇ ਤਾਂ ਇੱਥੋਂ ਜਾਣਾ ਪ੍ਰੋਫੈਸਰ ਸਾਹਿਬ ਨੇ ਜਦੋਂ ਉੱਥੇ ਜਾ ਕੇ ਉਤਰਨਾ ਪਤਾ ਨਹੀਂ ਲੱਗਣਾ ਵੀ ਕੌਣ ਹੈਗਾ ਮੂੰਹ ਧੋ ਕੇ ਫੇਰ ਪਤਾ ਲੱਗਣਾ ਵੀ ਕੌਣ ਆਇਆ ਐਦਾਂ ਦੇ ਰਸਤਿਆਂ ਦੇ ਵਿੱਚੋਂ ਜਾ ਕੇ ਸੇਵਾ ਕਰਨੀ ਪੈਣੀ ਆ ਬਹੁਤ ਔਖਾ ਕੰਮ ਹੈਗਾ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਹਾਂਜੀ ਹਾਂਜੀ ਜਿਹੜੀ ਗੱਲ ਕਹਿਣਾ ਚਾਹਨਾ ਕਿ ਸ਼ਰੋਮਣੀ ਕਮੇਟੀ ਨੇ ਤੁਹਾਡੇ ਲਈ योगदान ਨਹੀਂ ਪਾਣਾ ਪੰਥ ਦੇ ਪ੍ਰਚਾਰ ਲਈ ਉਹ ਪੰਥ ਦੇ ਪ੍ਰਚਾਰ ਲਈ ਗੁਰੂ ਦੀ ਸੰਗਤ ਨੂੰ ਜਿਹਨੂੰ ਖਾਲਸਾ ਗੁਰੂ ਕਿਹਾ ਗੁਰੂ ਸਾਹਿਬ ਨੇ ਆਪ ਗੁਰੂ ਦਾ ਦਰਜਾ ਦਿੱਤਾ ਸੰਗਤ ਨੂੰ ਔਰ ਰੋਹਾਨੀ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਖਾਲਸਾ ਗੁਰੂ ਸਾਡਾ ਸ਼ਰੀਰਕ ਤੌਰ ਤੇ ਹੈ ਔਰ ਜਿੰਨਾ ਚਿਰ ਤੱਕ ਇਹ ਖਾਲਸਾ ਗੁਰੂ ਬਣ ਕੇ ਪਿੰਡਾਂ ਵਿੱਚ ਪ੍ਰਚਾਰ ਨਹੀਂ ਕਰਦਾ ਪਿੰਡਾਂ ਵਾਲਿਆਂ ਨੂੰ ਆਪਣੀ ਜਿੰਮੇਵਾਰੀ ਸੰਭਾਲਣੀ ਪੈਣੀ ਹੈ ਜਾਤਾਂ ਦੇ ਨਾਂ ਤੇ ਗੁਰਦੁਆਰੇ ਖਤਮ ਕਰਨੇ ਪੈਣੇ ਆ ਉਹ ਜਿਹੜੀ ਸੰਗਤ ਹੈ ਉਹ ਸਾਂਝੀ ਵਾਲਤਾ ਦੇ ਤਹਿਤ ਇਕੱਠੀ ਹੋਵੇ ਗੁਰਦੁਆਰੇ 'ਚ ਇੱਕ ਗੁਰਦੁਆਰਾ ਹੋਵੇ ਇੱਕ ਸ਼ਮਸ਼ਾਨ ਘਾਟ ਹੋਵੇ ਔਰ ਸਾਨੂੰ ਜਿਹੜੇ ਸਿੰਪਲ ਵਿਆਹ ਕਰਨੇ ਚਾਹੀਦੇ ਨੇ ਔਰ ਸਾਨੂੰ ਜਿਹੜਾ ਆਪਣਾ ਦਸਵੰਦ ਕੱਢ ਕੇ ਕਟੋ-ਕਟ ਪਹਿਲਾ ਸਭ ਤੋਂ ਪਹਿਲਾ ਗਰੰਥੀ ਨੂੰ ਜਿਹੜਾ ਆ ਅਰਥਕ ਤੌਰ ਤੇ ਮਜ਼ਬੂਤ ਬਣਾਉਣਾ ਚਾਹੀਦਾ ਹੈ ਉਹਨਾਂ ਦੇ ਬੱਚਿਆਂ ਦੇ ਭੋਖ ਬਾਰੇ ਪੰਥ ਨੇ ਸੋਚਣਾ ਹੈ ਸੰਗਤ ਨੇ ਸੋਚਣਾ ਹੈ ਔਰ ਪ੍ਰਚਾਰ ਦੇ ਆਪਣੇ ਢੰਗ ਬਦਲਨੇ ਪੈਣੇ ਆ ਗਰੀਬਾਂ ਦਾ ਇਲਾਜ ਵੀ ਕਰਾਣੇ ਪੈਣੇ ਜਿਹੜੇ ਗਰੀਬ ਗੱਲਾ ਇਲਾਜ ਨਹੀਂ ਕਰਾ ਸਕਦੇ ਔਰ ਉਹਨਾਂ ਦੀ ਪੜ੍ਹਾਈਆਂ ਵੱਲ ਸਾਡਾ ਖਿਆਲ ਰੱਖਣਾ ਚਾਹੀਦਾ ਉਹ ਸਾਡੀ ਦਸਬੰਦ ਵਿੱਚੋਂ ਹੋਣਾ ਔਰ ਜਦੋਂ ਅਸੀਂ ਇਹ ਕਰ ਗਏ ਤਾਂ ਮੈਂ ਕਹਿੰਦਾ ਕੋਈ ਇੱਥੇ ਇਸਾਈ ਇਸਾਈ ਜਿਹੜੇ ਆਪਣੇ ਚਮਤਕਾਰ ਦਿਖਾਉਂਦੇ ਨੇ ਸਾਡੇ ਚਮਤਕਾਰ ਉਹਨਾਂ ਤੋਂ ਕਿਤੇ ਮਹਾਨ ਹੋਣਗੇ ਸਿੱਖੀ ਨੂੰ ਕੋਈ ਖਤਰਾ ਨਹੀਂ ਸਿੱਖੀ ਨੂੰ ਆਪਣੇ ਆਪਣੇ ਲੀਡਰਸ਼ਿਪ ਤੋਂ ਖਤਰਾ ਹੈ ਔਰ ਸਾਨੂੰ ਆਪਣੇ ਆਪ ਤੋਂ ਖਤਰਾ ਜਿਹੜੇ ਅਸੀਂ ਗੁਰੂ ਦੇ ਰਾਹ ਤੇ ਨਹੀਂ ਚਾਹਦੇ। ਨਹੀਂ ਚਾਹਦੇ। ਵਾਕੇ ਵਾਕੇ ਮੈਨੂੰ ਲੱਗਦਾ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਤੇ ਉੱਥੇ ਤਾਂ ਗੱਲ ਇਹ ਹੈਗੀ ਆ ਕਿ ਸੁੱਖ-ਦੁੱਖ ਦੋਏਦਾਰ ਕੱਪੜੇ। ਉੱਥੇ ਤਾਂ ਕੱਲਾ ਇਹ ਨਹੀਂ ਹੈਗਾ ਕਿ ਸੁੱਖ ਹੀ ਸੁੱਖ ਮਿਲਣਗੇ। ਸੁੱਖ-ਦੁੱਖ ਦੋਏਦਾਰ ਕੱਪੜੇ। ਜੇ ਆਪਾਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਆਂ ਤੇ ਉੱਤੇ ਸ਼ੁਰੂ ਵਿੱਚ ਤਕਰੀਬਨ ਲਿਖਿਆ ਹੁੰਦਾ ਹੈਗਾ ਕਿ ਇਹ ਵੀ ਦਾਤ ਤੇਰੀ ਦਾਤਾਰ। ਉਹ ਤੋਂ ਪਹਿਲਾਂ ਹੈਗਾ ਕਿਤਿਆਂ ਦੁੱਖ ਭੋਗ ਸਦਮਾਰ। ਕਿੰਨੇ ਲੋਕਾਂ ਨੂੰ ਦੁੱਖ, ਭੁੱਖ ਤੇ ਸਦਾ ਹੀ ਮਾਰ ਪੈਂਦੀ ਆ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਉਹਨੂੰ ਵੀ ਇਹ ਮੰਨ ਕੇ ਚੱਲਣਾ ਹੈਗਾ ਕਿ ਇਹ ਵੀ ਦਾਤ ਤੇਰੀ ਵੀ ਦਾਤਾ ਜੀ ਇਹ ਵੀ ਤੇਰੀ ਦਾਤ ਹੈ ਦੁੱਖ ਵੀ ਤੇਰੀ ਦਾਤ ਹੈ ਭੁੱਖ ਵੀ ਤੇਰੀ ਦਾਤ ਹੈ ਇੱਥੇ ਤਾਂ ਇਦਾਂ ਦੇ ਇਦਾਂ ਦੇ ਸਿੱਖੀ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਖਾਲਸਾ ਜੀ ਆਪਣੇ ਭਾਈ ਸਰਿੰਦਰਪਾਲ ਸਿੰਘ ਜੀ ਗੋਲਡ ਜੀ ਗੋਲਡ ਜੀ ਕੀ ਕਹਿਣਾ ਚਾਹੁੰਦੇ ਹੋ ਆਪਣੇ 12.5 ਹਜ਼ਾਰ ਦੇ ਕਰੀਬ ਮੇਰੇ ਖਿਆਲ ਪਿੰਡ ਹੈਗੇ ਨੇ ਪੰਜਾਬ ਦੇ ਔਰ ਜੇ ਤੁਹਾਡੀ ਇੱਕ ਜਥੇਬੰਦੀ ਜਿਹੜੀ ਕਿ ਮੈਨੂੰ ਲੱਗਦਾ ਕਿ ਬਹੁਤ ਵੱਡਾ ਕੰਮ ਕਰ ਰਹੀ ਹੈਗੀ ਆ ਮੈਂ ਕਹਿਣ ਲੱਗਾ ਸੀਗਾ ਛੋਟੀ ਜਿਥੇ ਬੰਦੀ ਆ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਹੈਗੀਆਂ ਸਰਮਾਇਆ ਵੀ ਬਹੁਤ ਹੈਗਾ ਉਹਨਾਂ ਦੇ ਕੋਲ ਜੇ ਇੱਕ ਇੱਕ ਜਥੇਬੰਦੀ ਦੋ ਦੋ ਚਾਰ ਚਾਰ ਪਿੰਡਾਂ ਸੰਭ ਲਵੇ ਮੈਨੂੰ ਲੱਗਦਾ ਕਿ ਪੰਜਾਬ ਦਾ ਬਹੁਤ ਵੱਡੀ ਪੱਧਰ ਤੇ ਭਲਾ ਹੋ ਸਕਦਾ ਕੁਝ ਇਹਦੇ ਵਿੱਚ ਪਹਿਲੇ ਤਾਂ ਦੇਖੋ ਜੀ ਮੈਂ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਿਹਾ 12000 ਪਿੰਡ ਨੇ ਪਹਿਲੇ ਤਾਂ ਤੁਸੀਂ ਇਹ ਦੇਖੋ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 191 ਮੈਂਬਰ ਨੇ ਹਾਂਜੀ ਜੇ ਸਾਰੇ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਹੀ ਇੱਕ 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 ਮੈਂਬਰ ਨੂੰ 50-50 100-100 ਪਿੰਡ ਦੇ ਦੇ ਵੀ ਤੁਸੀਂ ਪ੍ਰਚਾਰ ਕਰਨਾ ਤੇ ਕੋਈ ਕਾਰਨ ਨਹੀਂ ਰਹਿ ਜਾਂਦਾ ਵੀ ਸਿੱਖੀ ਦਾ ਪ੍ਰਚਾਰ ਨਾ ਹੋਵੇ ਪਰ ਉਹ ਦਿੱਤੇ ਗਏ ਉਹਨਾਂ ਨੂੰ ਪਿੰਡ ਪਿੰਡ ਕਿਹੜੇ ਤਰੀਕੇ ਨਾਲ ਦਿੱਤੇ ਗਏ ਵੀ ਆ ਸ਼੍ਰੋਮਣੀ ਕਮੇਟੀ ਦੀ ਜਾਦਾਦ ਹੈ ਇਹਨੂੰ ਤੁਸੀਂ ਜਿਸ ਤਰੀਕੇ ਨਾਲ ਆਪਣੇ ਤਰੀਕੇ ਨਾਲ ਵਰਤਣਾ ਚਾਹੁੰਦੇ ਹੋ ਇਹਦੇ ਨੂੰ ਠੇਕੇ ਤੇ ਦੇਣਾ ਚਾਹੁੰਦੇ ਹੋ ਇਹਦਾ ਕਿਰਾਇਆ ਖਾਣਾ ਚਾਹੁੰਦੇ ਹੋ ਇਸ ਤਰੀਕੇ ਨਾਲ ਵੰਡੇ ਗਏ ਪ੍ਰਚਾਰ ਲਈ ਕੋਈ ਉਹਨਾਂ ਨੂੰ ਕੋਈ ਪਿੰਡ ਨਹੀਂ ਵੰਡੇ ਗਏ ਦੂਸਰੀ ਗੱਲ ਪੰਜਾਬ ਦੇ ਵਿੱਚ ਜਿਹੜੇ ਜਿਵੇਂ ਤੁਸੀਂ ਡੇਰਿਆਂ ਦੀ ਗੱਲ ਕੀਤੀ ਹੈ ਜਿਹੜੇ ਡੇਰੇ ਹੈਗੇ ਨੇ ਜਿਹੜੇ ਕਹਿੰਦੇ ਉਹ ਵੀ ਚਮਤਕਾਰ ਵੀ ਕਰਦੇ ਨੇ ਤੇ ਜਿਨ੍ਹਾਂ ਬਾਰੇ ਜਿਹੜੇ ਕਹਿੰਦੇ ਤੁਸੀਂ ਸਵਾਲ ਕੀਤਾ ਸੀ ਵੀ ਸ਼ਾਇਦ ਧਰਮ ਪਰिवर्तन ਵਾਸਤੇ ਵੀ ਕਹਿੰਦੇ ਜੀ ਉਹਨਾਂ ਉਹਨਾਂ ਡੇਰਿਆਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਕਹਾਂਦੇ ਤਾਂ ਸਿੱਖੀ ਦਾ ਡੇਰਾ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਉਹ ਡੇਰੇ ਚਲਾ ਰਹੇ ਨੇ ਪਰ ਉੱਥੇ ਕੰਮ ਜਿਹੜਾ ਹੋ ਰਿਹਾ ਉਹ ਸਿੱਖੀ ਦੇ ਖਿਲਾਫ ਹੋ ਰਿਹਾ ਹੈ ਜੇ ਉੱਥੇ ਕੋਈ ਦਲਿਤ ਚਲਾ ਜਾਂਦਾ ਤੇ ਉਹਨਦੇ ਵਾਸਤੇ ਲੰਗਰ ਅਲੱਗ ਲਾਏ ਹੋਏ ਨੇ ਇਹ ਸਾਰੇ ਕਾਰਨ ਵੀ ਬਣੇ ਹੋਏ ਨੇ ਧਰਮ ਪਰिवर्तन ਦੇ ਉਹਨਾਂ ਨੂੰ ਜਦੋਂ ਸਾਡੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਸਤਕਾਰ ਨਹੀਂ ਮਿਲਦਾ ਫਿਰ ਉਹ ਦੂਜੇ ਪਾਸੇ ਦੌੜਦੇ ਨੇ ਡੇਰਾਵਾਦ ਵੀ ਤੇ ਸ਼੍ਰੋਮਣੀ ਕਮੇਟੀ ਵੀ ਤੀਸਰੀ ਗੱਲ ਜਿਹੜੀ ਤੁਸੀਂ ਇੱਕ ਸਵਾਲ ਵਾਰ-ਵਾਰ ਕੀਤਾ ਵੀ ਕੌਣ ਤੁਸੀਂ ਇਹਦੇ ਪਿੱਛੇ ਕੌਣ ਸਮਝਦੇ ਹੋ ਵੀ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਕੀ ਹੋ ਰਿਹਾ ਅਸਲ ਦੇ ਵਿੱਚ ਇਹ ਉਹੀ ਪੰਜਾਬ ਵਿਰੋਧੀ ਫੋਰਸਾਂ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਗਤਾਂ ਤੇ ਮੰਦਰਾਂ ਦੇ ਵਿੱਚ ਗਊਆਂ ਦੀਆਂ ਪੂਛਾਂ ਸੁਟੀਆਂ ਫਿਰ ਬੱਸਾਂ 'ਚੋਂ ਲਾ ਲਾ ਕੇ ਹਿੰਦੂ ਮਾਰੇ ਤੇ ਨਾਮ ਸਿੱਖਾਂ ਦਾ ਲਾਇਆ ਉਹੀ ਪੰਜਾਬ ਵਿਰੋਧੀ ਫੋਰਸਾਂ ਨੇ ਇਹ ਉਹੀ ਪੰਜਾਬ ਵਿਰੋਧੀ ਫੋਰਸਾਂ ਨੇ ਜਿਨ੍ਹਾਂ ਨੇ ਨਸ਼ਿਆਂ ਦੀ ਇੱਕ ਡੋਜ਼ ਚਲਾ ਕੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੁਣ ਉਹਨਾਂ ਕੋਲ ਜਦੋਂ ਸਾਰੇ ਤਰੀਕੇ ਖਤਮ ਇਹ ਸਾਰੇ ਵਰਤ ਚੁੱਕੇ ਨੇ ਤਰੀਕੇ ਇਸ ਤੋਂ ਬਾਅਦ ਉਹਨਾਂ ਨੇ ਆ ਤਰੀਕਾ ਹੁਣ ਅਪਣਾਇਆ ਸਿੱਖੀ ਨੂੰ ਖਤਮ ਕਰਨ ਵਾਸਤੇ ਵੀ ਇਸਾਈਅਤ ਦੇ ਨਾਂ ਦੇ ਉੱਤੇ ਫੰਡਿੰਗ ਆਪਣੇ ਕੋਲੋਂ ਕਰਾ ਕੇ ਤੇ ਅਸੀਂ ਸਿੱਖੀ ਇੱਥੇ ਕਨਵਰਸ਼ਨ ਹੀ ਸਾਰੀ ਕਰਾ ਦਈਏ ਸਾਰਾ ਮਸਲਾ ਹੀ ਸਾਰਾ ਹੱਲ ਹੋ ਜਾਏ ਸਾਡੀ ਜਿਹੜੀਆਂ ਜਿਹੜੀਆਂ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਹੈ ਵੀ ਪੰਜਾਬ 'ਚ ਬਹੁਤ ਜਥੇਬੰਦੀਆਂ ਜਿਵੇਂ ਸਾਡੀ ਜਥੇਬੰਦੀ ਸਿੱਖ ਸੇਵਕ ਸੁਸਾਇਟੀ ਹੈ ਸਾਡੀ ਇਹ ਜਥੇਬੰਦੀ ਅਸੀਂ ਆਪਣੇ ਦਸਵੰਧ ਦੇ ਨਾਲ ਦਸਵੰਧ ਜਿੰਨੇ ਸਾਡੇ ਕੋਲ ਲਿਮਟਿਡ ਰਿਸੋਰਸਸ ਨੇ ਅਸੀਂ ਤਾਂ ਸਿਰਫ ਉਨਾਂ ਕੋ ਹੀ ਕਾਰਜ ਕਰ ਸਕਦੇ ਆਂ ਔਰ ਉਹਦੇ ਨਾਲੋਂ ਵੱਧ ਕੇ ਕਰ ਰਹੇ ਆਂ ਅਸੀਂ ਪਰ ਅਸਲ ਦੇ ਵਿੱਚ ਤਾਂ 11 ਅਰਬ ਦਾ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਜੇ ਉਹ ਸਾਰਾ ਬਜਟ ਬਾਦਲ ਦੇ ਜਨਮ ਦਿਨਾਂ ਤੇ ਨਾਂ ਲਾ ਕੇ ਸੁਖਬੀਰ ਦੇ ਜਨਮ ਦਿਨਾਂ ਤੇ ਨਾਂ ਲਾ ਕੇ ਅਕਾਲੀ ਦਲ ਦੇ ਆ ਮੀਟਿੰਗਾਂ ਦੇ ਵਿੱਚ ਲੰਗਰਾਂ ਦੇ ਉੱਤੇ ਨਾਂ ਵਰਤ ਕੇ ਜੇ ਅਸੀਂ ਸਿੱਖੀ ਦੇ ਪ੍ਰਚਾਰ ਦੇ ਲਈ ਲਾਈਏ ਤੇ ਫਿਰ ਕੋਈ ਕਾਰਨ ਨਹੀਂ ਰਹਿ ਜਾਂਦਾ ਵੀ ਇੱਥੇ ਸਾਨੂੰ ਨਹੀਂ ਪ੍ਰਚਾਰ ਕਰਨਾ ਪਏਗਾ ਇੱਥੇ ਇਸਾਈਅਤ ਆਪਣੇ ਆਪ ਜਿਹੜੇ ਨਕਲੀ ਇਸਾਈਅਤ ਆਪਣੇ ਆਪ ਇਥੋਂ ਉਹਨਾਂ ਨੂੰ ਆਪਣਾ ਡੇਰਾ ਤੋਰੀ ਫੁਲਕਾ ਬਾਹਰ ਜਾ ਕੇ ਕਿਤੇ ਸੋਚਣਾ ਪਏਗਾ ਇੱਥੇ ਕੋਈ ਇਸ ਤਰੀਕੇ ਦਾ ਮਾਹੌਲ ਨਹੀਂ ਰਹਿ ਜਾਏਗਾ ਬਟ ਮੈਨੂੰ ਲੱਗਦਾ ਕਿ ਵੀਰ ਗੋਲਡਜੀ ਦਾ ਕਹਿਣਾ ਹੈਗਾ ਕਿ ਸਾਡੇ ਘਰ ਨੂੰ ਉਦੋਂ ਕੋਈ ਵੀ ਸੰਨ ਨਹੀਂ ਲਾ ਸਕਦਾ ਸਨ ਲਾਉਣ ਵਾਸਤੇ ਤਿਆਰ ਬਰ ਤਿਆਰ ਬੈਠੇ ਨੇ ਬਾਹਰ ਪਰ ਜੇ ਤੁਸੀਂ ਅੰਦਰੋਂ ਮਜ਼ਬੂਤ ਆਪਣੇ ਆਪ ਨੂੰ ਸਾਮਕ ਰੱਖਦੇ ਹੋ ਤਾਂ ਤੁਹਾਡੇ ਘਰ ਨੂੰ ਸਨ ਕੋਈ ਨਹੀਂ ਲਾ ਸਕਦਾ ਪਿੰਡ ਮੰਡਾਲਾ ਸ਼ਨਾ ਦੇ ਪ੍ਰਧਾਨ ਸਾਹਿਬ ਹੈਗੇ ਨੇ ਮੈਨੂੰ ਥੋੜੇ ਦਿਨ ਪਹਿਲਾਂ ਕਹਿੰਦੇ ਸੀ ਮੈਂ ਕਦੀ ਮਾਈਕ ਤੇ ਬੋਲਿਆ ਨਹੀਂ ਹੈਗਾ ਤੇ ਮੈਂ ਇਹਨਾਂ ਦੇ ਕੋਲੋਂ ਬੁਲਵਾ ਲੈਣਾ ਕਿਉਂਕਿ ਸੱਚ ਹੈਗਾ ਜੋ ਇਹ ਬੋਲਣਾ ਹੈਗਾ ਇਹਨਾਂ ਨੇ ਭਾਈ ਸਾਹਿਬ ਜੀ ਪ੍ਰਧਾਨ ਸਾਹਿਬ ਮਰਜਾ ਦੱਸਿਓ ਕੁਰਸੀ ਇਧਰ ਨੂੰ ਕਮਾ ਲਓ ਮੜ ਜੀ ਅੱਛਾ ਜੇ ਤਾਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਪਿੰਡ ਦੇ ਵਿੱਚ ਤੁਹਾਡੇ ਉਹ ਅਪਰੋਚ ਕਰਦੇ ਸੀਗੇ ਕਿ ਤੁਸੀਂ ਆਓ ਸਾਡੇ ਅਸੀਂ ਤੁਹਾਡੇ ਪਿੰਡ ਆਉਨੇ ਆ ਤੇ ਤੁਹਾਡੇ ਪਿੰਡਾਂ ਦੇ ਕੁਝ ਜਿਹੜੇ ਸੀਗੇ ਪਰਿਵਾਰ ਉਹ ਗੁੰਮਰਾਹ ਹੋ ਕੇ ਚਲੇ ਵੀ ਗਏ ਉਧਰ ਤੁਹਾਡੇ ਪਿੰਡ ਕਦੋਂ ਕੌਣੇ ਸ਼ੁਰੂ ਹੋਏ ਤੇ ਕੀ ਕਹਿੰਦੇ ਹੁੰਦੇ ਸੀ ਆ ਕੇ ਉਹ ਉਹ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਕਈਆਂ ਨੂੰ ਕਹਿੰਦੇ ਸੀ ਤੁਹਾਡਾ ਦਿਜਾਟ ਆਪਣਾ ਸ਼ੂਗਰ ਤੁਹਾਡਾ ਖਤਮ ਹੋ ਜੂ ਜਾ ਤੁਹਾਡੇ ਹੋਰ ਕੋਈ ਘਰ ਦੇ ਵਿੱਚ ਭੂਤ ਚੜੇੜ ਵੜੇ ਉਹ ਤੁਹਾਡੇ ਖਤਮ ਕਰ ਦੇਵਾਂਗੇ ਕਈ ਗੱਲਾਂ ਕਹਿ ਕੇ ਘਬਰਾ ਲੋਕਾਂ ਨੂੰ ਕੀਤਾ ਉਹਨਾਂ ਨੇ ਨਹੀਂ ਸ਼ੂਗਰ ਕੀ ਨਾਲ ਮੈਂ ਡਾਕਟਰ ਲੈ ਕੇ ਹੁੰਦੇ ਸੀ ਕਿ ਕੋਈ ਨਹੀਂ ਕਹਿੰਦੇ ਵੀ ਦੁਆ ਕਰਾਂਗੇ ਤੁਹਾਡਾ ਜੇ ਦੁੱਖ ਤਕਰੀਬ ਸਾਰੀ ਪ੍ਰਸ਼ਟ ਹੋ ਜਾਊਗੀ ਤੇ ਗੁਰੂ ਨਾਨਕ ਸਾਹਿਬ ਨੂੰ ਇੰਦਾਂ ਨਾਲ ਘਬਰਾ ਲੋਕਾਂ ਨੂੰ ਕਹਿਣਾ ਇਹ ਤਾਂ ਹੈਗੇ ਆ ਜੀ ਆਪਾਂ ਕੀ ਸੱਦੇ ਇਹਨਾਂ ਨੂੰ ਸ਼ੈਤਾਨ ਇਹ ਨਾ ਬਾਬੇ ਨਾਨਕ ਨੂੰ ਕਹਣਾ ਇਹ ਤਾਂ ਸ਼ੈਤਾਨ ਹੈ ਅੱਛਾ ਤੇ ਸ਼ੈਤਾਨ ਕਰਕੇ ਦੇ ਲੋਕਾਂ ਨੂੰ ਘਬਰਾ ਕਰਕੇ ਲੈ ਗਏ ਅੱਛਾ ਤੁਹਾਡੇ ਪਿੰਡ ਭੂਤ ਪ੍ਰੇਤ ਹੈਗੇ ਤੁਸੀਂ ਦੇਖੇ ਕਦੀ ਨਹੀਂ ਕੋਈ ਨਹੀਂ ਅਸੀਂ ਤਾਂ ਦੇਖੇ ਜੀ ਅੱਛਾ ਹਾਂਜੀ ਹਾਂਜੀ ਲਓ ਜੀ ਭੂਤ ਪ੍ਰੇਤ ਇਹ ਕਹਿੰਦੇ ਸਾਡੇ ਪਿੰਡ ਹੈ ਨਹੀਂ ਸੀ ਅਸੀਂ ਕੋਈ ਨਹੀਂ ਦੇਖੇ ਪਰ ਉਹ ਬਾਹਰੋਂ ਆ ਕੇ ਉਹਨਾਂ ਨੇ ਇਹਨਾਂ ਦੇ ਪਿੰਡ 'ਚ ਭੂਤ ਦੇਖ ਲੈ ਤੇ ਕਹਿੰਦੇ ਸੀ ਤੁਹਾਡੇ ਭੂਤ ਪ੍ਰੇਤ ਜਿਹੜੇ ਆ ਕੱਢ ਦਾਂਗੇ ਮੈਨੂੰ ਨਾਲ-ਨਾਲ ਗੁਰਬਾਣੀ ਦੀਆਂ ਪੰਕਤੀਆਂ ਚ ਤੇ ਆ ਜਾਂਦੇ ਆ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਆ ਭੂਤ ਕੌਣ ਹੁੰਦਾ ਪੁੱਲਾ ਇੱਕ ਸਵਾਲ ਗੁਰੂ ਪਾਸ਼ਾ ਜੀ ਕਹਿੰਦੇ ਨਾਮ ਵੀ ਹੁਣੇ ਭੂਤ ਨੇ ਕਹਿੰਦੇ ਜਿਹੜੇ ਨਾਮ ਤੋਂ ਵੀ ਹੁਣੇ ਹੁੰਦੇ ਆ ਨਾ ਉਹ ਭੂਤ ਨੇ ਹੁੰਦੇ ਆ ਤੇ ਉਹ ਪਤਾ ਨਹੀਂ ਕਿਹੜੇ ਭੂਤ ਕੰਨਣਾ ਪੈ ਸੀ ਆ ਕੇ ਅੱਛਾ ਫਿਰ ਤੁਹਾਡੇ ਪਿੰਡ ਦੇ ਕੁਝ ਲੋਕ ਗੁਮਰਾ ਹੋ ਗਏ ਹਾਂ ਗੁਮਰਾ ਹੋ ਗਏ ਹੁਣ ਵਾਪਸ ਪਰਤ ਆਏ ਸਾਡੇ ਜਿਹੜੇ ਗੁਮਰਾ ਹੋ ਕੇ ਉਧਰ ਚਲ ਗਏ ਸੀਗੇ ਪਹਿਲਾਂ ਸਿੱਖ ਪਰਿਵਾਰਾਂ ਚ ਸੀਗੇ ਹਾਂਜੀ 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 ਪਹਿਲਾਂ ਸਿੱਖ ਪਰਿਵਾਰਾਂ ਚ ਸੀ ਹੁਣ ਫਿਰ ਆਪਣੇ ਪਰਤ ਆਏ ਆਪਣੇ ਕਿੰਨੇ ਕੁ ਪਰਿਵਾਰ ਸੀਗੇ ਉਹ 25 30 ਆਪਣੇ ਪਿੰਡ ਦੇ ਹੀ ਪਰਿਵਾਰ ਹਾਂ ਤੇ ਸਿੱਖ ਸੇਵਕ ਸੁਸਾਇਟੀ ਦਾ ਮੈਂ ਜ਼ਿਕਰ ਕਰ ਹਟਿਆ ਪਹਿਲਾਂ ਮੈਂ ਇੱਥੇ ਜਾ ਕੇ ਆਇਆ ਹੁਣ ਕਈਆਂ ਕਹਣਾ ਪੱਤਰਖਰ ਖਰੇ ਇਹਨਾਂ ਦੀ ਉਦਾਂ ਹੀ ਸੋਇਲਾ ਜਗਾਈ ਜਾਂਦਾ ਕਿਉਂਕਿ ਮੈਂ ਗਿਆ ਉੱਥੇ ਹੈਨਾ ਜੀ ਪੁਰਾਣੀਆਂ ਵੀਡੀਓਜ਼ ਮੇਰੀਆਂ ਪਈਆਂ ਹੋਈਆਂ ਨੇ ਮੇਰਾ ਕੈਮਰਾ ਬੋਲਦਾ ਹੈਗਾ YouTube ਦੇ ਉੱਪਰ ਜਾ ਕੇ ਦੇਖਿਆ ਜਾ ਸਕਦੀਆਂ ਨੇ ਉੱਥੇ ਸਾਰਾ ਕੁਝ ਕੀਤਾ ਹੈਗਾ ਤੁਸੀਂ ਵੀ ਆਪਣੀ ਜ਼ੁਬਾਨੀ ਜ਼ਰੂਰ ਦੱਸ ਦਿਓ ਸਿੱਖ ਸੇਵਕ ਹਾਂ ਮੈਂ ਬੇੜੀਆਂ ਤੇ ਵੀ ਬਹਿ ਕੇ ਵੀ ਨਾਲ ਜਾ ਕੇ ਗਿਆ ਉਹ ਬੇੜੀ ਇੱਕ ਵਾਰੀ ਡੋਲ ਗਈ ਤਾਂ ਮੈਂ ਡਿਗਣ ਲੱਗਾ ਸੀਗਾ ਮੈਂ ਮੱਸੀਂ ਆਪਣੇ ਆਪ ਨੂੰ ਬਚਾਇਆ ਫਿਰ ਮੈਂ ਘਰ ਆ ਕੇ ਰਾਤ ਨੂੰ ਸੋਚਦਾ ਰਿਹਾ ਕਿ ਮੈਂ ਡਿਗਣ ਲੱਗਾ ਸੀ ਭ ਕਿ ਵੇਖੋ ਦਰਸ਼ਕੋ ਦੁਨੀਆ ਭਰ ਵਿੱਚ ਵਸਦੇ ਲੋਕਾਂ ਨੂੰ ਸੁਣਾਣਾ ਚਾਹਣਾ ਕਿੰਨੇ ਹੀ ਮਹੀਨੇ ਉੱਥੇ ਪਾਣੀ ਜਿਹੜਾ ਅਸੀਂ ਜਦੋਂ ਉੱਥੋਂ ਲੰਘ ਰਹੇ ਸੀਗੇ ਤੇ ਗੱਡੀ ਦਾ ਮੜਾ ਜਾ ਸ਼ੀਸ਼ਾ ਡਾਊਨ ਕੀਤਾ ਤੇ ਇੰਨੀ ਜ਼ਿਆਦਾ ਭੈੜੀ ਸਮੈਲ ਸੀਗੀ ਕਿ ਉੱਥੇ ਖੜ੍ਹਾ ਨਹੀਂ ਸੀ ਜਾ ਸਕਦਾ ਔਰ ਇਦਾਂ ਦੇ ਹਾਲਾਤਾਂ ਵਿੱਚ ਉਹ ਪਰਿਵਾਰ ਰਹੇ ਤੇ ਜਿਨ੍ਹਾਂ ਨੇ ਉਹਨਾਂ ਦੀ ਜਾ ਕੇ ਬਾਹ ਫੜੀ ਧੰਨਤਾ ਦੇ ਯੋਗ ਨਹੀਂ ਅੱਛਾ ਜਦੋਂ ਪਿੰਡ ਵਿੱਚ ਹੜ੍ਹ ਆਏ ਸੀਗੇ ਜਦੋਂ ਬੈਡ ਸਮੈਲ ਸੀਗੀ ਜਦੋਂ ਮੱਝਾਂ ਮਰ ਰਹੀਆਂ ਸੀ ਪਿੰਡ ਦੇ ਵਿੱਚ ਇਹ ਜਿਹੜੇ ਕਹਿੰਦੇ ਸੀ ਭੂਤ ਕੱਢਾਂਗੇ ਆਪਾਂ ਤੁਹਾਡੇ ਆ ਕੇ ਉਦੋਂ ਉਹਨਾਂ ਚ ਕੋਈ ਆਇਆ ਸੀ ਨਹੀਂ ਕੋਈ ਨਹੀਂ ਆਇਆ ਉਹ ਉਹਨਾਂ ਨੇ ਕਿਸੇ ਨੇ ਆ ਕੇ ਵਾਟ ਨਹੀਂ ਪੁੱਛੀ ਉਹਨਾਂ ਦੀ ਹਾਂ ਮਤਲਬ ਭੂਤ ਕੱਢ ਸਕਦੇ ਆਹੋ ਤੇ ਜਿਹੜਾ ਗੰਦਾ ਪਾਣੀ ਜਮਾ ਹੈ ਉਹ ਨਹੀਂ ਕੱਢ ਸਕਦੇ ਆਪਣੀ ਸਿੱਖ ਸੁਸਾਇਟੀ ਨੇ ਪਹਿਲੀ ਤਾਂ ਹੈਲਪ ਕੀਤੀ ਜਿਵੇਂ ਮਹਾਰਾਜ ਦਾ ਸਰੂਪ ਸੱਚਖੰਡ ਵਿੱਚੋਂ ਲਿਆਏ ਬੇੜੀ ਦੇ ਕੱਢ ਕੇ ਹਾਂ ਮੈਨੂੰ ਆ ਵੀ ਗੱਲ ਯਾਦ ਆ ਗਈ ਹੈ ਜੀ ਮੈਨੂੰ ਬਹੁਤ ਕੁਝ ਭੁੱਲ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਦੇ ਅੰਦਰ ਸਿਗੇ ਬੇੜੀ ਦੇ ਵਿੱਚ ਸਵਾਰ ਹੋ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਸਿਰ ਦੇ ਉੱਪਰ ਚੁੱਕ ਕੇ ਆ ਸਾਰੀ ਸੇਵਕ ਸੁਸਾਇਟੀ ਵਾਲੇ ਵੀਰ ਲੈ ਕੇ ਆਏ ਸਿਗੇ ਹਾਂਜੀ ਅੱਛਾ ਤੁਹਾਡੇ ਪਿੰਡ ਦੇ ਫਿਰ ਜਿਹੜੇ ਬੰਦੇ ਪਰਿਵਾਰ ਉਧਰ ਗੁੰਮਰਾਹ ਹੋ ਕੇ ਚਲੇ ਗਏ ਵਾਪਸ ਹੁਣ ਹੋ ਸਕਦਾ ਉਹਨਾਂ ਵਿੱਚੋਂ ਕਈ ਬੰਦੇ ਗੱਲ ਸੁਣਦੇ ਹੋਣ ਉਹਨਾਂ ਵਿੱਚੋਂ ਕਈਆਂ ਦੇ ਮਨ ਵਿੱਚ ਆਉਂਦਾ ਹੋਵੇ ਭਈ ਅਸੀਂ ਵੀ ਆ ਕੇ ਇਹਨਾਂ ਦੀ ਬਾਹ ਫੜਦੇ ਸੀਗੇ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਪੈਸੇ ਥੇਲੇ ਦੀ ਮਦਦ ਦੀ ਗੱਲ ਕਰਦੇ ਸੀਗੇ ਹਾਂਜੀ ਹਾਂਜੀ ਤੇ ਹਾਂ ਬਹੁਤ ਹਾਂ ਬਹੁਤ ਦਿੱਤੇ ਵੀ ਸੀ ਕਿ ਪੈਸੇ ਕਿਸ ਨੂੰ ਸੀ ਸੇਵਾ ਬਹੁਤ ਇਹਨਾਂ ਨੇ ਕੀਤੀ ਹੈਲਪ ਕੋਈ ਕਹਿੰਦਾ ਸਾਡੇ ਕੋਲ ਦਾਣੇ ਖਾਣ ਨੂੰ ਹੈ ਨਹੀਂ ਕੋਈ ਕੁਝ ਨਹੀਂ ਉਹਨਾਂ ਦੀ ਗੱਲ ਕਰਦਾ ਜਿਹੜੇ ਭੂਤ ਕੱਢਣ ਆਉਦੇ ਸੀਗੇ ਉਹਨਾਂ ਨੇ ਵੀ ਕਦੀ ਮਦਦ ਨਹੀਂ ਦਿੱਤਾ ਉਹਨਾਂ ਨੇ ਨੀ ਕੋਈ ਨੀ ਇਹਨਾਂ ਦੀ ਵਾਟ ਨਹੀਂ ਪੁੱਛੀ ਆਗੇ ਅੱਛਾ ਅੱਛਾ ਉਹ ਸਿਰਫ ਗੱਲਾਂ ਹੀ ਬਾਤ ਹੀ ਭੂਤ ਕੱਢਦੇ ਸੀਗੇ ਗੱਲਾਂ ਹੀ ਬਾਤਾਂ ਆ ਗਈ ਤੇ ਇੱਕ ਦੋ ਕਰ ਇਹੋ ਜਿਹਾ ਵੀ ਅੱਜ ਇੱਕ ਬੱਚਾ 18 ਸਾਲ ਦਾ ਹੋਇਆ ਹੈ ਤੋਂ ਬਿਲਕੁਲ ਸੋਕ ਸੋਕ ਕੇ ਧੀਲੀ ਹੋਇਆ ਪਿਆ ਅਜੇ ਤੱਕ ਉਹਨਾਂ ਦਾ ਉਹ ਬੱਚਾ ਨਹੀਂ ਠੀਕ ਹੋਇਆ ਤੇ ਅਜੇ ਉਹਨਾਂ ਨੂੰ ਇੱਕ ਘਰ ਨੂੰ ਗੁਗਾ ਕਰੀ ਬੈਠੇ ਨੇ ਤੇ ਉਹਨਾਂ ਨੂੰ ਅਸੀਂ ਕਈ ਵਾਰੀ ਕਿਹਾ ਤੂੰ ਇਹਨਾਂ ਨੂੰ ਛੱਡ ਕੇ ਤੇ ਗੁਰੂ ਘਰ ਆ ਕੇ ਗੁਰੂ ਦੇ ਲਾੜ ਲੱਗੋ ਅਰਦਾਸ ਕਰਵਾਓ ਤੁਹਾਡਾ ਬੱਚਾ ਠੀਕ ਪਤਾ ਨਹੀਂ ਉਹਨਾਂ ਨੂੰ ਕਾਹਦਾ ਪਾਣੀ ਪਿਲਾਇਆ ਕੀ ਕੀਤਾ ਉਹ ਨਹੀਂ ਇੱਕ ਪਰਿਵਾਰ ਆ ਰਿਹਾ ਹਾਂਜੀ ਸੇਕ ਸੇਵਕ ਸੁਸਾਇਟੀ ਨੇ ਤੁਹਾਡੀ ਬਾਹ ਫੜੀ ਆ ਤਸੱਲੀ ਆ ਤੁਹਾਡੀ ਕੁਝ ਹੋਰ ਤੁਹਾਨੂੰ ਲੱਗਦਾ ਹੋਵੇ ਕਿ ਪਿੰਡ 'ਚ ਕੋਈ ਹੋਰ ਜ਼ਰੂਰਤ ਆ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਗੁਰੂ ਘਰ ਦੀ ਇਮਾਰਤ ਸਹੀ ਆ ਸਾਰਾ ਕੁਝ ਕੁਝ ਹੋਰ ਕੰਮ ਰਹਿੰਦੇ ਕੋਈ ਹੋਣ ਵਾਲੇ ਹਾਂ ਹੁਣ ਅਸੀਂ ਹੁਣ ਫੇਰ ਦੁਬਾਰਾ ਉੱਥੇ ਕੰਮ ਸ਼ੁਰੂ ਕੀਤਾ ਆਇਆ ਹੈ ਗੁਰੂ ਘਰ ਵਿੱਚ ਇੱਕ ਕਮਰਾ ਬਣਾਇਆ ਹੈ ਜਿੱਥੇ ਇੱਕ ਸਮਾਨ ਰੱਖਾਂਗੇ ਸਾਰਾ ਰੰਦੇ ਭਾਂਡਾ ਟਿੰਡਾ ਤੇ ਫੇਰ ਇੱਕ ਇੱਕ ਜਾਗਾ ਬਣਾਈ ਜਿੱਥੇ ਲੰਗਰ ਪਾਣੀ ਪਕਾਵਾ ਕਰਾਂਗੇ ਕੰਮ ਹੁਣ ਚੱਲਦਾ ਹੈ ਗੁਰੂ ਘਰ ਵਿੱਚ ਜ਼ਰੂਰ ਭਾਈ ਸਾਹਿਬ ਜੀ ਵੀ ਮੇਰੇ ਨਾਲ ਹੈਗੇ ਨੇ ਭਾਈ ਸਾਹਿਬ ਜੀ ਵੀ ਥੋੜੀ ਦਿਨ ਪਹਿਲਾਂ ਕਹਿੰਦੇ ਸੀ ਮੈਂ ਨਾ ਕਦੇ ਕੈਮਰੇ ਦੇ ਮਰੇ ਬੋਲਿਆ ਨਹੀਂ ਪਰ ਭਾਈ ਸਾਹਿਬ ਜੀ ਤੁਸੀਂ ਬਾਣੀ ਪੜਦੇ ਹੋ ਗੁਰੂ ਕੇ ਵਜ਼ੀਰ ਹੋ ਤੁਹਾਡਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਆਂ ਆਪਾਂ ਤੁਹਾਡੇ ਪਿੰਡ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰਕ ਕਮੇਟੀ ਕਦੀ ਪ੍ਰਚਾਰ ਕਰਨ ਵਾਸਤੇ ਆਈ ਜੀ ਬਿਲਕੁਲ ਨਹੀਂ ਆਈ ਸਾਡੇ ਪਿੰਡ 'ਚ ਕਦੀ ਵੀ ਨਹੀਂ ਆਈ ਪ੍ਰਚਾਰ ਕਰਨ ਵਾਸਤੇ ਆਸੇ-ਪਾਸੇ ਦੇ ਕਿਸੇ ਇਲਾਕੇ ਦੇ ਵਿੱਚ ਸੁਣਿਆ ਹੋਵੇ ਨਹੀਂ ਜੀ ਕਿਤੇ ਵੀ ਨਹੀਂ ਆਏ ਸਾਡੇ ਆਸੇ-ਬਨੇ ਵੀ ਕੋਈ ਪਤਾ ਲੱਗਦਾ ਰਹਿੰਦਾ ਵੀ ਲੱਗੇ ਬਨੇ ਪਿੰਡਾਂ 'ਚ ਕੀ ਹੋ ਰਿਹਾ ਹੈ ਗੁਰੂ ਘਰਾਂ 'ਚ ਤੇ ਗਲਬਤ ਹੁੰਦੀ ਨਹੀਂ ਸਾਡੀ ਆਪ ਵਿੱਚ ਚ ਕੋ ਕਹਿੰਦੇ ਵੀ ਸਾਡੇ ਵੀ ਨਹੀਂ ਕੋਈ ਆਉਂਦਾ ਪ੍ਰਚਾਰਕ ਨਾ ਹੀ ਮੈਂ ਕਿਹਾ ਸਾਡੇ ਗੁਰੂ ਘਰ ਚ ਆਉਂਦਾ ਕੋਈ ਵੀ ਅੱਛਾ ਗੁਰੂ ਘਰ ਦੇ ਵਿੱਚ ਅੱਜ ਕੱਲ ਕੀ ਚੱਲ ਰਿਹਾ ਸਵੇਰ ਸ਼ਾਮ ਨਿਤਨੇਮ ਹੁੰਦਾ ਉਸ ਤੋਂ ਇਲਾਵਾ ਹੋਰ ਕੁਝ ਹਾਂਜੀ ਬਸ ਸ਼ਾਮ ਸਵੇਰ ਰੈਸ ਦਾ ਜੋ ਜਾਪ ਹੁੰਦਾ ਹੈ ਸਵੇਰ 5 ਬਜੇ ਜਾਪ ਹੁੰਦਾ ਜੀ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਰਿਹਾ ਸਾਡੇ ਗੁਰੂ ਘਰ ਵਿੱਚ ਲੱਗਦਾ ਤੁਹਾਨੂੰ ਕੌਂਦੇ ਸਮੇਂ ਵਿੱਚ ਬੱਚਿਆਂ ਨੂੰ ਸਾਹਮਣੇ ਵਾਸਤੇ ਬੱਚਿਆਂ ਦੀਆਂ ਗੁਰਮੰਦੀਆਂ ਕਲਾਸਾਂ ਵੀ ਲੱਗਣ ਇਦਾਂ ਦਾ ਕੁਝ ਸੋਚਦੇ ਹੋ ਜੀ ਉਹ ਤਾਂ ਅਸੀਂ ਆਪ ਉਪਰਾਲਾ ਕਰ ਰਹੇ ਹਾਂ ਸਾਡੇ ਕੋਈ ਬੱਚੇ ਸੰਧੇ ਸਮੇਂ ਆਉਂਦੇ ਆ ਉਹ ਕਿ ਬੱਚੇ ਛੋਟੇ ਆ ਉਹ ਆਪਣੇ ਆਪ ਹੀ ਜਿੱਦ ਵੀ ਕਰਦੇ ਅਸੀਂ ਪਾਠ ਕਰਨਾ ਸਪੀਕਰ ਦੇ ਵਿੱਚ ਤੇ ਬੱਚੇ ਹੀ ਪਾਠ ਕਰਦੇ ਆ ਤੇ ਉਹਨਾਂ ਨੂੰ ਦੱਸਦੇ ਵੀ ਆ ਸਿਖਾਉਂਦੇ ਵੀ ਆ ਜਿੰਨੀ ਕੋ ਸਮਰੱਥਾ ਹੈ ਸਾਨੂੰ ਜਿੰਨੀ ਕੋ ਸੋਧੀ ਸਾਧਕ ਨੂੰ ਬਖਸ਼ਿਸ਼ ਕੀਤੀ ਹੈ ਉਹਨਾਂ ਨੂੰ ਦੱਸਦੇ ਆ ਬੱਚਿਆਂ ਨੂੰ ਤੇ ਕਲਾਸਾਂ ਤਰ੍ਹਾਂ ਕਲਾਸਾਂ ਤਾਂ ਅਜੇ ਤੱਕ ਨਹੀਂ ਲਾਉਣੀ ਸ਼ੁਰੂ ਕੀਤੀਆਂ ਤੇ ਕਿਉਂਕਿ ਸਮਾਂ ਨੇ ਨਿਕਲਦਾ ਵਿੱਚੋਂ ਰੋਜੀਵਾਂ ਭਰਾ ਸਮਾਂ ਕਿਉਂਕਿ ਅਸੀਂ ਗ੍ਰਸਤੀ ਜੀਵਨ ਹੈ ਉਹ ਆਪਣੇ ਘਰ ਦਾ ਵੀ ਦੇਖਣਾ ਚਾਹਣਾ ਕਿਉਂਕਿ ਉੱਥੇ ਸਾਨੂੰ ਆਮਦਨ ਦਾ ਕੋਈ ਸਾਧਨ ਹੈ ਨਹੀਂ ਜ਼ਿਆਦਾ ਕਿਉਂਕਿ ਸ਼ਾਮ ਸਵੇਰੇ ਉੱਥੇ ਅਸੀਂ ਸੇਵਾ ਕਰਦੇ ਹਾਂ ਤੇ ਸਾਨੂੰ ਉੱਥੇ ਆਪਣਾ ਰੋਟੀ ਦਾ ਜੁਗਾੜ ਵੀ ਕਰਨਾ ਆਪਣਾ ਜੀ ਜੀ ਹਾਂਜੀ ਹੌਲੀ ਹੌਲੀ ਜਿਵੇਂ ਜੀ ਕੁਝ ਕਹਿ ਰਹੇ ਨੇ ਕਿ ਹੌਲੀ ਹੌਲੀ ਜ਼ਰੂਰ ਸਾਰਾ ਕੁਝ ਸ਼ੁਰੂ ਹੋ ਜਾਊਗਾ ਸੰਦੀਪ ਸਿੰਘ ਜੀ ਵੀ ਮੇਰੇ ਨਾਲ ਹੈਗੇ ਨੇ ਆਪਾਂ ਥੋੜੀ ਜਿਹੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਨੇ ਆ ਸੰਦੀਪ ਸਿੰਘ ਜੀ ਮੇਰੇ ਨਾਲ ਹੈਗੇ ਨੇ ਸੰਦੀਪ ਸਿੰਘ ਜੀ ਕੁਝ ਚੱਲਦਾ ਅੰਦਰ ਬੀ ਜੀ ਇੱਕ ਤੁਸੀਂ ਪੁੱਛ ਰਹੇ ਸੀ ਬਾਰ ਬਾਰ ਵੀ ਇਹ ਕੌਣ ਕਰਾਉਂਦੇ ਆ ਬੇਸਿਕਲੀ ਪੋਲਿਟਿਸ਼ੀਅਨਾਂ ਪਿੱਛੇ ਜੀ ਜਦੋਂ ਅਸੀਂ ਮਾਸਸਜ਼ ਨੂੰ ਡਿਵਾਈਡ ਕਰ ਲੈਂਦੇ ਆ ਤੇ ਇਸਾਈ ਇੱਕ ਇੱਕ ਪਾਸਟਰ ਦੇ ਥੱਲੇ ਜਿਹੜੇ ਬੰਦੇ ਆਉਂਦੇ ਆ ਉਹ ਬਾਅਦ ਚ ਪਾਸਟਰ ਨਾਲ ਇਲੈਕਸ਼ਨਜ਼ ਦੇ ਟਾਈਮ ਤੇ ਸੌਦਾ ਹੁੰਦਾ ਜੀ ਕਿ ਆਹ ਵੋਟਾਂ ਤੂੰ ਮੇਰੇ ਕੋਲ ਪੁਗਤਾਣੀ ਐ ਇਸ ਕਰਕੇ ਇਹਨਾਂ ਨੂੰ ਪਰਫਲਤ ਕੀਤਾ ਜਾ ਰਿਹਾ ਦੂਜੀ ਗੱਲ ਇੰਨਾ ਬਜਟ ਐ ਐਸ.ਪੀ.ਸੀ ਦੇ ਹੋਣ ਦੇ ਬਾਵਜੂਦ ਪਿੰਡਾਂ 'ਚ ਗੁਰਦੁਆਰੇ ਦੇ ਮਤਲਬ ਸੁੰਦਰੀਕਰਨ ਨੂੰ ਜਾਂ ਉੱਤੇ ਸੋਨਾ ਚੜਾਉਣ ਤੋਂ ਬਿਹਤਰ ਹੈ ਜੇ ਸਕੂਲ ਖੋਲ ਦੇਣ ਉੱਥੇ ਇਤਿਹਾਸ ਪੜਾ ਦੇਣ ਆਪਣਾ ਤੇ ਮੇਰੇ ਖਿਆਲ ਚ ਨਹੀਂ ਕੋਈ ਵੀ ਬੱਚਾ ਬਾਹਰ ਜਾਏਗਾ ਮੈਨੂੰ ਲੱਗਦਾ ਕਿ ਸੋਨੇ ਦੀ ਜਿਹੜੀ ਤੁਸੀਂ ਗੱਲ ਕੀਤੀ ਤਾਂ ਹੁਣ ਮੇਰੇ ਕੋਲ ਗੱਲਾਂ ਤੇ ਬਹੁਤ ਜ਼ਿਆਦਾ ਹੈਗੀਆਂ ਨੇ ਇਹਨਾਂ ਦੇ ਹਾਲਾਤ ਇਹਨੇ ਜ਼ਿਆਦਾ ਮਾੜੇ ਹੈਗੇ ਆ ਉਹ ਡਾਕਟਰ ਸਮਰਾਜੀ ਹੈਗੇ ਨੇ ਸਾਡੇ ਇੱਥੇ ਆ ਕਰਤਾਰਪੁਰ ਤੋਂ ਉਹਨਾਂ ਨੇ ਸੋਨੇ ਦੀ ਕਿਰਪਾਨ ਉਹ ਪਹਿਲਾਂ ਕਹਿੰਦੇ ਪਤਾ ਨਹੀਂ ਸਵੇਰੇ ਆ ਬਾਅਦ ਵਿੱਚ ਜਦੋਂ ਜਾਂਚ ਪੜਤਾਲ ਹੋਈ ਤਾਂ ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਚੜਵਾਇਆ ਸੀ ਦਰਬਾਰ ਸਾਹਿਬ ਤੇ ਠੀਕ ਹੈ ਜੀ ਉਹ ਬਿਲਕੁਲ ਪ੍ਰੋਸਪਰਸ ਸਟੇਟ ਸੀ ਹਾਂਜੀ ਉਹਦੇ ਕੋਲ ਜੋ ਫਾਈਨੈਂਸ਼ੀਅਲ ਸਟੇਬਿਲਿਟੀ ਉਸ ਟਾਈਮ ਸੀਗੀ ਹਾਂਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਪੰਜਾਬ ਕੋਲ ਵਾਪਸ ਨਹੀਂ ਆਈ ਠੀਕ ਹੈ ਜੀ ਜਦੋਂ ਤੁਸੀਂ ਇੰਨੇ ਸਮਰੱਥ ਹੋ ਜਾਓ ਕਿ ਤੁਹਾਡੇ ਕੋਲ ਸਰਪਲਸ ਪੈਸਾ ਹੈ ਫਿਰ ਤੁਸੀਂ ਜੀ 사ਦ ਕੇ ਸੋਣਾ ਚੜਾਓ ਜਿੱਥੇ ਉਹਨਾਂ ਨੇ ਕੇਵਲ ਗੁਰਦੁਆਰੇ ਨੂੰ ਨਹੀਂ ਸੀ ਦਿੱਤਾ ਉਹਨਾਂ ਨੇ ਮੰਦਰਾਂ ਨੂੰ ਵੀ ਦਿੱਤਾ ਮਸੀਤਾਂ ਨੂੰ ਵੀ ਦਿੱਤਾ ਕਿਉਂਕਿ ਪ੍ਰੋਸਪਰਸ ਸਟੇਟ ਸੀ ਦੂਜੀ ਗੱਲ ਤੁਸੀਂ ਕਹਿੰਦਾ ਵੀ ਈਸਾਈਆਂ ਨੇ ਆ ਕੇ ਕਹਤਾ ਵੀ ਇਹ ਪਾਸਟਰ ਨਕਲੀ ਨੇ ਜੀ SDPC ਜਾਂ ਸਤਕਾਰਯੋਗ ਜਥੇਦਾਰ ਸਾਹਿਬ ਦਾ ਅਹੁਦਾ ਸਤਕਾਰਯੋਗ ਹੈ ਮੈਂ ਬੰਦੇ ਨੂੰ ਨਹੀਂ ਅੱਜ ਸਤਕਾਰਯੋਗ ਮੰਨਦਾ ਉਹਦੇ ਜਿੰਨੀ ਹਿੰਮਤ ਹੈਗੀ ਹੈ ਕਿ ਜਿਹੜੇ ਸਾਧ ਸਾਡੇ ਡੇਰੇ ਜਿਹੜੇ ਖੁੱਲੇ ਹੋਏ ਉਹਨਾਂ ਨੂੰ ਉਹਨਾਂ ਦਾ ਖੰਡਨ ਕਰ ਦੇਣ ਉਹਦੇ ਉਹਨਾਂ ਦੀਆਂ ਬਰਸੀਆਂ ਤੇ ਜਾਂਦੇ ਆ ਉਹ ਤੇ ਉੱਥੇ ਜਾ ਕੇ ਜਕਾਰੇ ਕਿ ਜਾਂਦੇ ਆ ਤੇ ਇਸ ਲਈ SDPC ਚ ਚੇਂਜ ਦੀ ਬਹੁਤ ਜ਼ਰੂਰਤ ਹੈ এডਿਕੇਸ਼ਨ ਦੀ ਬਹੁਤ ਜ਼ਰੂਰਤ ਹੈ এডਿਕੇਸ਼ਨ ਆ ਗਈ এডਿਕੇਸ਼ਨ ਇਹ ਨਹੀਂ ਕਿ ਸਿਰਫ ਨੌਕਰੀਆਂ ਜੋਗੇ ਜੇ ਅਸੀਂ ਆਪਣਾ ਇਤਿਹਾਸ ਹੀ ਪੜਾ ਦੀਏ ਨਾ ਬੱਚਿਆਂ ਨੂੰ ਪੰਜਾਬ ਦਾ ਇਤਿਹਾਸ ਪੜਾ ਦੀ ਉਹ ਪੰਜਾਬ ਚ ਰਾਜਾ ਪੋਰਸ ਵੀ ਆਉਂਦਾ ਉਹ ਵੀ ਪੜਾਣਾ ਚਾਹੀਦਾ ਜੇ ਉਹ ਪੜਾ ਦਿਓ ਮੇਰੇ ਖਿਆਲ ਚ ਨਹੀਂ ਪੰਜਾਬੀ ਬੱਚਾ ਕੋਈ ਵੀ ਬਾਹਰ ਜਾਏ ਤੇ ਮਿਹਨਤ ਦੇ ਰਸਤੇ ਤੇ ਵਾਪਸ ਆ ਜਾਊਗਾ ਵਾਕਈ ਵਾਕਈ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਸੋਨਾ ਤੇ ਚਾਂਦੀ ਜਾਂ ਹੋਰ ਮੋਟਾ سرمਾਇਆ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਦੇਣਾ ਜਿਹੜੇ ਲੋਕ ਥੋੜੇ ਕ ਸਮੇਂ ਬਾਅਦ ਪਤਾ ਲੱਗਦਾ ਹੈਗਾ ਕਿ ਜਿਹੜਾ ਸੋਨਾ ਇੰਨਾ ਸੀਗਾ ਜੀ ਉਹ ਇੰਨਾ ਰਹਿ ਗਿਆ ਬਾਅਦ ਚਦੋ ਜਾਂਚ ਪੜਤਾਲ ਹੁੰਦੀ ਆ ਤਾਂ ਫਿਰ ਉਹ ਜਿਹੜੇ ਜਸੇਦਾਰ ਹੈਗੇ ਆ ਉਨਾਂ ਨੂੰ ਤਨਖਾਹੀਆਂ ਵੀ ਕਰਾਰ ਦਿੱਤਾ ਜਾਂਦਾ ਸੋਨਾ ਹੀ ਖਾ ਜਾਂਦੇ ਹੈਗੇ ਆ ਸੋ ਇਦਾਂ ਦੇ ਹਾਲਾਤਾਂ ਵਿੱਚ ਖਾਲਸਾ ਪੰਥ ਨੂੰ ਸੋਚਣਾ ਪਊਗਾ ਕਿ ਖਾਲਸਾ ਪੰਥ ਨੇ ਆਪਣੀ ਪਾਈ ਪਾਈ ਆਪਣੀ ਮਿਹਨਤ ਦੇ ਨਾਲ ਕਮਾਈ ਹੋਈ ਰਕਮ ਕਿੱਥੇ ਦੇਣੀ ਹੈ ਕੀ ਖਾਲਸਾ ਜੀ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਸਿੱਖ ਸੇਵਕ ਸੁਸਾਇਟੀ ਜਾਂ ਇਸ ਕਿਸਮ ਦੀਆਂ ਹੋਰ ਜਥੇਬੰਦੀਆਂ ਤੇ ਹੋਰ ਤਰ੍ਹਾਂ ਜਿਹੜੀਆਂ ਪੰਜਾਬ ਤੇ ਖਾਲਸਾ ਪੰਥ ਨੂੰ ਸੰਭਾਲਣ ਦੇ ਵਾਸਤੇ ਯਤਨਸ਼ੀਲ ਨੇ ਜਿਹੜੀਆਂ ਤਰ੍ਹਾਂ ਆਉਣ ਵਾਲੀਆਂ ਨਸਲਾਂ ਨੂੰ ਸੰਭਾਲਣ ਦੇ ਲਈ ਤਨਦੇਹੀ ਦੇ ਨਾਲ ਆਪਣੀ ਮਾੜੀ-ਮੋਟੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਪਿੱਠ ਦੇ ਉੱਪਰ ਖੜੇ ਹੋਣਾ ਚਾਹੀਦਾ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸਾਡੇ ਵੱਲੋਂ ਉਹ ਜੋ ਮਰਜ਼ੀ ਕਰਨ ਅਸੀਂ ਤੇ ਸੋਨਾ ਉੱਥੇ ਹੀ ਦੇਣਾ ਹੈਗਾ ਭਾਵੇਂ ਉਹ ਵਿੱਚੋਂ ਅੱਧੇ ਤੋਂ ਜ਼ਿਆਦਾ ਸੋਨਾ ਖਾ ਹੀ ਕਿਉਂ ਨਾ ਜਾਣ ਫੈਸਲਾ ਖਾਲਸੇ ਨੇ ਕਰਨਾ ਦੁਨੀਆ ਭਰ ਵਿੱਚ ਵਸਦੇ ਲੋਕਾਂ ਨੇ ਕਰਨਾ ਇੱਕ ਵਾਰੀ ਇਧਰ ਕੈਮਰਾ ਘੁਮਾ ਕੇ ਦਿਖਾ ਦਿਓ ਜੀ ਪ੍ਰੈਸ ਕਾਨਫਰੰਸ ਜਲੰਧਰ ਸ਼ਹਿਰ ਦੇ ਵਿੱਚ ਆ ਕੀਤੀ ਗਈ ਹੈਗੀ ਆ ਆ ਉਸ ਮੰਡਾਲਾ ਸ਼ੰਨਾ ਪਿੰਡ ਦੇ ਜੀ ਆਤਿਸ਼ਵਾਜੀ ਹੁੰਦੀ ਆ ਵੀਰ ਹੋਰਾਂ ਦਾ ਕਹਿਣਾ ਹੈਗਾ ਕਿ ਫੁੱਲਾਂ ਦੀ ਵਰਖਾ ਪਤਾ ਨਹੀਂ ਕੀ ਕੁਝ ਕੀਤਾ ਜਾਂਦਾ ਕਿੰਨਾ ਮੋਟਾ ਪੈਸਾ ਜਿਹੜਾ ਹੈਗਾ ਉਧਰ ਖਰਚਿਆ ਜਾਂਦਾ ਪਰ ਜਿਹੜੇ ਆ ਚਿਹਰੇ ਹੈਗੇ ਆ ਆ ਤੁਸੀਂ ਵੇਖ ਲਓ ਜੀ ਇਹ ਸਿੱਖ ਪਰਿਵਾਰ ਹੀ ਹੈਗੇ ਆ ਸਾਰੇ ਇਹਨਾਂ ਵਿੱਚੋਂ ਜੇ ਕੋਈ ਸੱਜੇ ਖੱਬੇ ਚਲਾ ਜਾਵੇ ਤਾਂ ਆ ਜਿਹੜੇ ਚਿਹਰੇ ਹੈਗੇ ਆ ਤੁਸੀਂ ਇਹਨਾਂ ਨੂੰ ਵੀ ਸੰਭਿਆ ਜਾ ਸਕਦਾ ਫੁੱਲਾਂ ਵਾਂਗੇ ਚਿਹਰੇ ਖਿੜ ਸਕਦੇ ਆ ਗੁਰੂ ਸਾਹਿਬ ਜੀ ਨੇ ਜਿੱਦਾਂ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉੱਥੇ ਮੁਕਾ ਦਿੰਨੇ ਆ ਵੀ ਜਿੰਨ ਕੀ ਜਾਤ ਔਰ ਕੁੱਲ ਮਾਹੀ ਸਰਦਾਰੀ ਨਾ ਭਈ ਕਿਦਾਹੀਂ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਸੰਭ ਲਿਆ ਸੀਗਾ ਨਾ ਜਦੋਂ ਹਣ ਖਾਲਸਾ ਗੁਰੂ ਰੂਪ ਹੈ ਖਾਲਸਾ ਗੁਰੂ ਸਾਹਿਬ ਨੇ ਆਖਿਆ ਸੀਗਾ ਕਿ ਖਾਲਸਾ ਮੇਰੋ ਸਤਗੁਰ ਪੂਰਾ ਪੂਰਾ ਹੁਣ ਜਦੋਂ ਖਾਲਸਾ ਇਹਨਾਂ ਸਾਰਿਆਂ ਨੂੰ ਸਾਂਭ ਲਊਗਾ ਤਾਂ ਇਹ ਸਾਰੇ ਵੀ ਉਹ ਬਣ ਜਾਣਗੇ ਜਿਦਾਂ ਦੇ ਗੁਰੂ ਸਾਹਿਬ ਜੀ ਨੇ ਬਣਾਤੇ ਸੀਗੇ ਮੁਰਝਾਏ ਹੋਏ ਚਿਹਰੇ ਇੱਕ ਵਾਰ ਫਿਰ ਤੋਂ ਜਲੌ ਵਿੱਚ ਆ ਜਾਣਗੇ ਖਾਲਸਾ ਪੰਥ ਮੁੜ ਆਪਣੇ ਉਸ ਜਲੌ ਵਿੱਚ ਆ ਜਾਊਗਾ ਜਿਸ ਜਲੌ ਦੇ ਵਿੱਚ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਦੇਖਣਾ ਚਾਹੁੰਦੇ ਸੀਗੇ ਉਮੀਦ ਕਰਦੇ ਆ ਕਿ ਆਪਾਂ ਸਾਰੇ ਜਣੇ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ